ਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣਾ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਇੱਕ ਓਅੰਕਾਰ ਸੂਹੀ ਮਹਲਾ ਪਹਿਲਾ ਘਰ ਦੂਜਾ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਹੀਅਲ ਰਵ ਰਹਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਸਨਮਾਨਯੋਗ ਤਨ ਤਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਦਿਨ ਵੇਲੇ ਦੇ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ। ਆਓ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਰਾਗ ਸੂਹੀ ਵਿੱਚ ਘਰ ਦੂਸਰੇ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 728 ਦੇ ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਦੇ ਅਮੋਲਕ ਵਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗਿਆਨ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਹੈ, ਇਸ ਮਨ ਨੂੰ ਸੰਬੋਧਨ ਕਰਕੇ
ਜ਼ਿੰਦਗੀ ਜਿਉਣ ਦਾ ਤਰੀਕਾ ਬਖਸ਼ਿਸ਼ ਕੀਤਾ ਹੈ। ਅਕਸਰ ਅਸੀਂ ਆਪਣੇ ਪਰਿਵਾਰਾਂ ਵਿੱਚ, ਸਮਾਜ ਵਿੱਚ ਇੱਕ ਗੱਲ ਅਕਸਰ ਕਹਿੰਦੇ ਹਾਂ, ਮੈਂ ਬਹੁਤ ਕੋਸ਼ਿਸ਼ ਕਰਦਾ, ਉਹ ਮੇਰੀ ਗੱਲ ਸੁਣਦਾ ਨਹੀਂ, ਮੇਰੀ ਗੱਲ ਸੁਣਦੀ ਨਹੀਂ, ਮੈਂ ਉਸਨੂੰ ਬਹੁਤ ਬਦਲਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਆਪਣੇ ਵਿਚਾਰ ਬਦਲੇ ਨਹੀਂ। ਵਾਸਤਵਿਕ ਸੱਚਾਈ ਇਹ ਹੈ ਵੀ ਕੋਈ ਵੀ ਕਿਸੇ ਨੂੰ ਬਦਲ ਨਹੀਂ ਸਕਦਾ, ਬਦਲਣਾ ਇਨਸਾਨ ਨੇ ਖੁਦ ਆਪਣੇ ਆਪ ਨੂੰ। ਅਸੀਂ ਅਰਦਾਸ ਵਿੱਚ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਹੁਣੇ ਕੀਤਾ। ਜੇ ਸਾਡੇ ਬੱਚੇ ਸਾਡੇ 'ਤੇ ਕੁਐਸਚਨ ਕਰਨ ਵੀ ਗੁਰੂ ਨਾਨਕ ਸਾਹਿਬ ਦੇ ਦੋ ਸਾਹਿਬਜ਼ਾਦੇ ਨੇ, ਗੁਰੂ ਅੰਗਦ ਸਾਹਿਬ ਦੇ ਦੋ ਸਾਹਿਬਜ਼ਾਦੇ ਨੇ, ਗੁਰੂ ਅਮਰਦਾਸ ਮਹਾਰਾਜ ਦੇ ਦੋ ਸਾਹਿਬਜ਼ਾਦੇ ਨੇ, ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਨੇ, ਗੁਰੂ ਅਰਜਨ ਸਾਹਿਬ ਜੀ ਦਾ ਪੰਜ ਸਾਹਿਬਜ਼ਾਦੇ ਨੇ, ਅਤੇ ਗੁਰੂ ਹਰ ਰਾਏ ਪਾਤਸ਼ਾਹ ਦੇ ਫਿਰ ਅੱਗੇ ਦੋ ਸਾਹਿਬਜ਼ਾਦੇ ਨੇ। ਇੱਦਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਸਾਹਿਬਜ਼ਾਦਾ ਹੈ, ਕਲਗੀਧਰ ਪਾਤਸ਼ਾਹ ਦੇ ਚਾਰ ਸਾਹਿਬਜ਼ਾਦੇ ਨੇ। ਪਰ ਅਰਦਾਸ ਵਿੱਚ ਇਹਨਾਂ ਦਾ ਚੌਦਾਂ ਹੀ ਨਾਂ ਕਿਉਂ ਆਇਆ? ਸਾਹਿਬਜ਼ਾਦੇ ਤਾਂ ਗੁਰੂ ਨਾਨਕ ਸਾਹਿਬ ਦੇ ਵੀ ਦੋ ਹੈਗੇ ਨੇ, ਗੁਰੂ ਅੰਗਦ ਸਾਹਿਬ ਦੇ ਵੀ, ਕਿਉਂਕਿ ਜਦੋਂ ਅਸੀਂ ਆਏ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਤੋਂ ਗੱਲ ਚੱਲੀ ਹੈ, ਗੁਰੂ ਨਾਨਕ ਸਾਹਿਬ ਸਾਰੀ ਬਾਣੀ ਵਿੱਚ ਨਾਨਕ ਪਦ ਦੀ ਵਰਤੋਂ ਕੀਤੀ ਹੈ, ਪਰ ਨਾ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦਾ ਆ ਰਿਹਾ। ਜਵਾਬ ਆਉਣਾ ਬੋਲੋ ਜੀ ਚਾਹੀਦਾ, ਕਿਉਂਕਿ ਜਿਵੇਂ ਸਾਡਾ ਬੱਚਾ ਸਕੂਲ ਜਾਂਦਾ ਉੱਥੋਂ ਸਿੱਖਣ ਜਾਂਦਾ ਹੈ, ਅਤੇ ਗੁਰਦੁਆਰਾ ਵੀ ਸਕੂਲ ਹੈ। ਇਹਦੇ ਬਾਰੇ ਬਾਣੀ ਦਾ ਵਾਕ ਹੈ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਇੱਥੋਂ ਮੈਂ ਸੋਝੀ ਲੈਣ ਆਉਣਾ, ਜੇ ਸਕੂਲ ਦੇ ਵਿੱਚੋਂ ਗਿਆਨ ਨਾ ਮਿਲਦਾ ਹੋਵੇ ਤਾਂ ਫਿਰ ਸਕੂਲ ਨੂੰ ਸਕੂਲ ਥੋੜ੍ਹਾ ਆਖਾਂਗੇ ਆਪਾਂ। ਜੇ ਉੱਥੋਂ ਬੱਚਿਆਂ ਨੂੰ ਐਜੂਕੇਸ਼ਨ ਨਾ ਮਿਲੇ, ਬੱਚਿਆਂ ਨੂੰ ਅੱਖਰਾਂ ਦਾ ਗਿਆਨ ਨਾ ਮਿਲੇ, ਸਮਝ ਨਾ ਮਿਲੇ, ਤਾਂ ਗੁਰਦੁਆਰੇ ਵੀ ਜਿਹੜੇ ਹਨ ਇਹ ਜਿਹੜੀਆਂ ਸਾਡੀਆਂ ਨਵੀਂ ਸਿੱਖ ਕੇ ਜਾ ਰਹੇ, ਅਤੇ ਜੇ ਆਪਾਂ ਇੱਦਾਂ ਸਿੱਖਦੇ ਜਾਈਏ ਇੱਕ ਇੱਕ ਗੱਲ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਬਣ ਸਕਦੀ ਹੈ। ਤੋ ਸਤਸੰਗਤ ਆਓ, ਬੜੇ ਪਿਆਰ ਨਾਲ ਵਿਚਾਰਾਂ ਦੀ ਸਾਂਝ ਕਰੀਏ। ਵੇਖੋ ਤੁਹਾਡੇ ਕੋਲ ਜਾਇਦਾਦ ਹੈ, ਤੁਹਾਡੇ ਕੋਲ ਮੈਂ ਇੱਕ ਸੌਖੀ ਉਦਾਹਰਨ ਦੇਣ ਲੱਗਾ, ਮਤਲਬ ਤੁਹਾਡਾ ਕੋਈ ਦੋਸਤ ਹੈ ਜਾਂ ਹਸਬੈਂਡ ਵਾਈਫ ਹੈ, ਦੋਵੇਂ ਇਕੱਠੇ ਬੈਠੇ ਨੇ, ਮੰਨ ਲਓ ਤੁਹਾਡੇ ਕੋਲ ਇੱਕ ਡੋਲਰ ਹੈ, ਤੁਸੀਂ ਇੱਕ ਡੋਲਰ ਦੂਜੇ ਨੂੰ ਦੇ ਦਿੱਤਾ, ਉਹਨੇ ਤੁਹਾਨੂੰ ਦੇ ਦਿੱਤਾ, ਤੁਸੀਂ ਆਪਸ ਵਿੱਚ ਪੈਸੇ ਵਟਾਏ ਨੇ, ਤੁਹਾਡੇ ਕੋਲ ਵੀ ਇੱਕ ਰਹਿ ਗਿਆ, ਉਹਨਾਂ ਕੋਲ ਵੀ ਇੱਕ ਰਹਿ ਗਿਆ, ਮੰਨ ਲਓ ਤੁਹਾਡੇ ਕੋਲ ਇੱਕ ਡਾਲਰ ਹੈ, ਦੂਜੇ ਕੋਲ ਵੀ ਇੱਕ ਡਾਲਰ ਹੈ, ਤੁਸੀਂ ਉਹਨੂੰ ਦੇ ਦਿੱਤਾ, ਉਹਨੇ ਤੁਹਾਨੂੰ ਦੇ ਦਿੱਤਾ, ਤੁਹਾਡੇ ਕੋਲ ਵੀ ਇੱਕ ਰਹਿ ਗਿਆ, ਉਹਦੇ ਕੋਲ ਵੀ ਇੱਕ ਰਹਿ ਗਿਆ। ਪਰ ਜੇ ਤੁਹਾਡੇ ਕੋਲ ਇੱਕ ਚੰਗਾ ਵਿਚਾਰ ਹੈ, ਇੱਕ ਤੁਹਾਡੇ ਦੋਸਤ ਕੋਲ ਚੰਗਾ ਵਿਚਾਰ ਹੈ, ਉਹਨੇ ਤੁਹਾਨੂੰ ਚੰਗਾ ਵਿਚਾਰ ਦਿੱਤਾ, ਤੁਸੀਂ ਉਹਨੂੰ ਚੰਗਾ ਵਿਚਾਰ ਦਿੱਤਾ, ਦੋਵਾਂ ਕੋਲ ਕਿੰਨੇ ਰਹੋਗੇ? ਦੋ। ਵਿਚਾਰ ਵੱਧਦੇ ਨੇ, ਗਿਆਨ ਵੱਧਦਾ ਹੈ, ਗੁਣ ਜਿੰਨੇ ਵੰਡੀਏ ਉਹਨੇ ਵੱਧਦੇ ਨੇ। ਇਹਨੂੰ ਬਾਣੀ 'ਚ ਆਖਿਆ ਸੀ, ਖਾਵੈ ਖਰਚੈ ਰਲ ਮੇਲ ਭਾਈ ਟੋਟ ਨਾ ਆਵੇ ਵੱਧ ਹੋ ਜਾਏ। ਦੁਨੀਆਂ ਦੀ ਦੌਲਤ ਜਦੋਂ ਅਸੀਂ ਖਰਚਦੇ ਹਾਂ ਤਾਂ ਘਟੇਗੀ, ਕੁਦਰਤੀ ਗੱਲ। ਤੁਕਾਂ ਦਾ ਪਾਠ ਕਰ ਲਈਏ, ਐਸਾ ਗਿਆਨ। ਹੁਣ ਇਹ ਵੀ ਪੁੱਛਣਾ ਵੀ ਕੈਸਾ ਗਿਆਨ, ਗਿਆਨ ਵੀ ਬੜੀ ਕਿਸਮ ਦਾ ਹੁੰਦਾ ਹੈ ਨਾ। ਹੁਣ ਇੱਕ ਬੰਦਾ ਚਾਬੀ ਨਾਲ ਲੌਕ ਖੋਲ੍ਹਦਾ, ਚੋਰ ਬਿਨਾਂ ਚਾਬੀ ਤੋਂ ਖੋਲ੍ਹ ਦਿੰਦਾ, ਪਰ ਕੀ ਉਹ ਗਿਆਨ ਵਧੀਆ? ਬੋਲੋ ਸਤਸੰਗਤ ਜੀ। ਕਈ ਵਾਰੀ ਬੰਦਾ ਚਾਬੀ ਨਾਲ ਵੀ ਕਮਲਾ ਹੋ ਜਾਂਦਾ, ਘਰ ਦਾ ਲੌਕ ਹੀ ਨਹੀਂ ਖੋਲ੍ਹਦਾ, ਅਤੇ ਚੋਰ ਬਿਨਾਂ ਚਾਬੀ ਤੋਂ ਖੋਲ੍ਹ ਦਿੰਦਾ, ਕਾਹਦੇ ਨਾਲ ਖੋਲ੍ਹਿਆ ਉਹਨੇ? ਗਿਆਨ ਹੈ ਨਾ ਉਹਨੂੰ। ਅਗਰ ਉਹ ਫਿਰ ਆਪਾਂ ਵਿਚਾਰਾਂ ਦੀ ਸਾਂਝ ਕਰਦੇ ਹਾਂ, ਸਾਰੀ ਸੰਗਤ ਨੂੰ ਬੇਨਤੀ ਹੈ ਜੀ, ਸਾਰੇ ਜਾਣੇ ਸਕਰੀਨ 'ਤੇ
ਇਹਨਾਂ ਤੁਕਾਂ ਵੱਲ ਧਿਆਨ ਦਿਓ ਅਤੇ ਨਾਲ ਨਾਲ ਪੜ੍ਹੋ, ਫਿਰ ਆਪਾਂ ਵਿਚਾਰ ਸਾਂਝੇ ਕਰਾਂਗੇ। ਐਸਾ ਗਿਆਨ ਜਪੋ ਮਨ ਮੇਰੇ, 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 ਹੋਵੋ ਚਾਕਰ ਸਾਚੇ ਕੇਰੇ, ਹੋਵੋ ਚਾਕਰ ਸਾਚੇ ਕੇਰੇ, ਐਸਾ ਗਿਆਨ ਜਪੋ ਮਨ ਮੇਰੇ, ਐਸਾ ਗਿਆਨ ਜਪੋ ਮਨ ਮੇਰੇ, ਵਾਹ ਵਾਹ। ਚਾਕਰ ਸਾਚੇ ਕੇਰੇ, ਹੋਵੋ ਚਾਕਰ ਸਾਚੇ ਕੇਰੇ, ਅੰਤਰ ਵਸੈ ਨਾ ਬਾਹਰ ਜਾਏ, ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ, ਅੰਮ੍ਰਿਤ ਗਿਆਨ ਜਪੋ ਮਨ ਮੇਰੇ, ਐਸਾ ਗਿਆਨ ਜਪੋ ਮਨ ਮੇਰੇ, ਐਸਾ ਗਿਆਨ ਜਪੋ ਮਨ ਮੇਰੇ, ਗਿਆਨ ਧਿਆਨ ਸਭ ਕੋਈ ਰਵੈ, 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 ਬਾਂਧਨ ਬਾਂਧਿਆ ਸਭ ਜਗ ਭਵੈ, ਬਾਂਧਨ ਬਾਂਧਿਆ ਸਭ ਜਗ, ਗਿਆਨ ਜਪੋ ਮਨ ਮੇਰੇ, ਐਸਾ ਗਿਆਨ ਜਪੋ ਮਨ ਮੇਰੇ, ਐਸਾ ਗਿਆਨ ਜਪੋ ਮਨ ਮੇਰੇ, ਸੇਵਾ ਕਰੇ ਸੁਚਾ ਕਰ ਹੋਏ, ਸੇਵਾ ਕਰੇ ਸੁਚਾ ਕਰ ਹੋਏ, ਸੇਵਾ ਕਰੇ ਸੁਚਾ ਕਰ ਹੋਏ, ਸੇਵਾ ਕਰੇ ਸੁਚਾ ਕਰ, ਜਲ ਥਲ ਮਹਿਲ ਰਵ ਰਹਿਆ ਸੋਏ, ਜਲ ਥਲ ਮਹਿਲ ਰਵ ਰਹਿਆ ਸੋਏ, ਸੋਰੇ ਐਸਾ ਗਿਆਨ ਜਪੋ ਮਨ ਮੇਰੇ, ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ, ਹੋਵੋ ਚਾਕਰ ਸਾਚੇ ਕੇਰੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਕੇਰੇ ਹੋਵੋ ਚਾਕਰ ਸਾਚੇ ਕੇਰੇ, ਹੋਵੋ ਚਾਕਰ ਸਾਚੇ ਕੇਰੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਐਸਾ ਗਿਆਨ ਜਪੋ ਮਨ ਮੇਰੀ, ਗਿਆਨ ਜਪਿਆ ਜਾਂਦਾ ਹੈ ਕਿ ਗਿਆਨ ਲਿਆ ਜਾਂਦਾ ਹੈ ਜੀ? ਸਤਸੰਗ ਬੋਲੋ ਪਿਆਰਿਓ, ਸਾਰੇ ਪੜ੍ਹੇ ਲਿਖੇ ਵੀਰ ਭੈਣਾਂ ਬੇਟੇ, ਕਿ ਗਿਆਨ ਲਿਆ ਜਾਂਦਾ, ਪਰ ਇੱਥੇ ਸ਼ਬਦ ਵਰਤਿਆ ਐਸਾ ਗਿਆਨ ਜਪੋ। ਗਿਆਨ ਨੂੰ ਲੈਣਾ ਕਿਸੇ ਕੋਲੋਂ ਗੱਲ ਸਮਝਣੀ ਅਤੇ ਉਸ ਗੱਲ ਨੂੰ ਸਮਝ ਕੇ, ਹੁਣ ਮਾਂ ਆਪਣੀ ਧੀ ਨੂੰ ਗਿਆਨ ਦੇ ਰਹੀ ਹੈ, ਕਾਹਦਾ? ਸਬਜ਼ੀ ਬਣਾਉਣ ਦਾ, ਆਟਾ ਗੁੰਨਣ ਦਾ, ਘਰ ਦਾ ਕੰਮ ਕਰਨ ਦਾ,
ਮੰਨ ਲਓ ਮਾਂ ਨੇ ਧੀ ਨੂੰ ਗਿਆਨ ਦਿੱਤਾ, ਪਹਿਲੀ ਵਾਰ ਕੋਈ ਸਿੱਖਿਆ ਦਿੰਦਾ ਹੈ, ਦੱਸਦਾ ਹੈ ਨਾ ਵੀ ਹੁਣ ਆਕੜਾ ਪ੍ਰਸ਼ਾਦੀ ਦੇ ਗਈ ਹੈ, ਜਿਹਨੇ ਜ਼ਿੰਦਗੀ 'ਚ ਕਦੀ ਨਾ ਬਣਾਈ ਹੋਵੇ ਉਹਨੂੰ ਬਣਾਉਣ ਲਈ ਦੇ ਦਿਓ, ਬਣਾ ਪਾਏਗਾ। ਬਣਾਉਣ ਦੀ ਵੀ ਵਿਧੀ ਲਿਖੀ ਹੋਈ ਹੈ ਵੀ ਤੁਸੀਂ ਆਟਾ ਕਿੰਨਾ ਪਾਉਣਾ, ਖੰਡ ਕਿੰਨੀ ਪਾਉਣੀ ਹੈ, ਅਤੇ ਉਹਦੇ ਵਿੱਚ ਪਾਣੀ ਕਿੰਨਾ ਪਾਉਣਾ। ਤੁਸੀਂ ਚਾਹ ਬਣਾਉਣੀ, ਹੁਣ ਜਿਹੜੀ ਜਿਹੜੇ ਰੋਜ਼ ਜਿਸ ਭੈਣ ਦਾ ਰੋਜ਼ ਦਾ ਕੰਮ ਹੈ, ਉਹਨੂੰ ਪਤਾ ਜੇ ਘਰ 'ਚ ਪੰਜ ਬੰਦੇ ਆਏ ਨੇ ਉਹਨੂੰ ਦੁਬਾਰਾ ਚੀਨੀ ਪਾਉਣ ਦੀ ਲੋੜ ਨਹੀਂ, ਦੁਬਾਰਾ ਪੱਤੀ ਪਾਉਣ ਦੀ ਲੋੜ ਨਹੀਂ। ਜਿਹੜਾ ਰੋਜ਼ ਦਾਲ ਸਬਜ਼ੀ ਤਿਆਰ ਕਰਦਾ ਉਹਨੂੰ ਇੰਨਾ ਵਿਸ਼ਵਾਸ ਹੋ ਜਾਂਦਾ, ਉਹ ਕਹਿੰਦਾ ਮੇਰੀ ਬਣਾਈ ਹੋਈ ਸਬਜ਼ੀ ਦਾ ਤੁਹਾਨੂੰ ਨਮਕ ਮਿਰਚ ਚੈੱਕ ਕਰਨ ਦੀ ਲੋੜ। ਜਿਹੜਾ ਗਿਆਨ ਤੇਰੇ ਜੀਵਨ ਨੂੰ ਉੱਚਾ ਚੁੱਕਦਾ, ਜਿਹੜੇ ਗਿਆਨ ਦੇ ਬਲ ਬੂਤੇ 'ਤੇ ਤੂੰ ਹਰ ਬੰਦੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦਾ। ਕੋਈ ਵੀ ਵਿਅਕਤੀ ਹੋਵੇ, ਐਡਵੋਕੇਟ ਹੈ, ਉਹਦੇ ਕੋਲ ਕੇਸ ਆਇਆ, ਇੱਕ ਧਿਆਨ ਨਾਲ ਸੁਣ ਲਿਆ ਇਸ ਗੱਲ ਨੂੰ, ਉਹਦੇ ਕੋਲ ਕੇਸ ਆਇਆ ਵੀ ਪਰਿਵਾਰ ਦੇ ਉੱਤੇ ਕਤਲ ਦਾ ਕੇਸ ਪਿਆ ਹੋਇਆ ਲੜਕੀ ਦਾ ਦਾਜ ਕਰਕੇ। ਪਤਾ ਉਹਨੂੰ ਹੈ ਵੀ ਇਸ ਪਰਿਵਾਰ ਨੇ ਉਸ ਲੜਕੀ ਨੂੰ ਮਾਰਿਆ, ਪਰ ਉਹਨੇ ਹੁਣ ਪੈਸਾ ਲੈ ਕੇ ਉਸ ਪਰਿਵਾਰ ਦੇ ਉਸ ਜੀਵ ਨੂੰ ਬਰੀ ਕਰਾਉਣਾ ਹੈ। ਦਲੀਲਾਂ ਨਾਲ ਸਿੱਧ ਸਾਬਤ ਕਰ ਦੇਣਾ ਵੀ ਉਹ ਕਰੈਕਟਰ ਦੀ ਸਹੀ ਨਹੀਂ ਸੀ, ਐਸਾ ਵਾਪਰਦਾ। ਰੋਜ਼ ਅਖਬਾਰਾਂ ਵਿੱਚ ਆਪਾਂ ਆਏ ਦਿਨ ਪੜ੍ਹਦੇ ਹਾਂ, ਪਰ ਕੀ ਉਹ ਗਿਆਨ ਵਧੀਆ ਚੀਜ਼ ਹੈ ਕਿ ਇਸ ਵਾਸਤੇ ਮਾਂ ਬਾਪ ਨੇ ਪੜ੍ਹਾਇਆ ਸੀ? ਡਾਕਟਰ ਕੋਲ ਗਿਆਨ ਹੈ, ਉਹਦੇ ਕੋਲ ਜਦੋਂ ਅਸੀਂ ਮਰੀਜ਼ ਨੂੰ ਲੈ ਕੇ ਜਾਂਦੇ ਹਾਂ, ਇਹ ਸ਼ਬਦ ਬੋਲਿਆ ਜਾਂਦਾ ਵੀ ਡਾਕਟਰ ਸਾਡੇ ਲਈ ਦੂਸਰਾ ਰੱਬ ਹੈ, ਇਹੋ ਬੋਲਦੇ ਹਾਂ। ਸਾਡੇ ਮਰੀਜ਼ ਨੂੰ ਇੱਕ ਨਵਾਂ ਜੀਵਨ ਦਿੱਤਾ, ਪਰ ਆਏ ਦਿਨ ਆਪਾਂ ਖਬਰਾਂ ਵੀ ਪੜ੍ਹਦੇ ਜਿੱਥੇ ਗੁਰਦੇ ਕੱਢ ਕੇ ਵੀ ਵੇਚੇ ਜਾ ਰਹੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਹੁਤ ਪਿਆਰਾ ਵਾਕ ਹੈ, ਗੁਰਦੇਵ ਜੀ ਕਹਿੰਦੇ ਨੇ, ਹਰਨਾ ਬਾਜਾਂ ਤੈ ਸਿੱਕਦਾਰਾਂ ਇਹਨਾਂ ਪੜ੍ਹਿਆ ਨਾਉ। ਪੜ੍ਹਾਈ ਇਹਨਾਂ ਨੇ ਵੀ ਕੀਤੀ ਹੈ, ਸਟੱਡੀ ਇਹਨਾਂ ਦੀ ਵੀ ਬੜੀ ਹੈ। ਜਿਹੜਾ ਹਿਰਨ ਹੈ ਨਾ, ਉਹਨੂੰ ਸ਼ਿਕਾਰੀ ਪਤਾ ਕੀ ਪੜ੍ਹਾਉਂਦਾ, ਉਹਨੂੰ ਐਂ ਟ੍ਰੇਨਿੰਗ ਇੰਨੀ ਦੇ ਦਿੰਦਾ ਅਤੇ ਟ੍ਰੇਨਿੰਗ ਦੇ ਕੇ ਮੁੜ ਕੇ ਉਹਨੂੰ ਜੰਗਲ ਛੱਡ ਦਿੰਦਾ। ਕਾਹਦੀ ਪੜ੍ਹਾਈ ਕਰਾਈ ਹੈ ਕਿ ਆਪਣੇ ਆਪ ਭਰਾਵਾਂ ਨੂੰ ਪਿੱਛੇ ਲਾ ਕੇ ਲੈ ਕੇ ਆ, ਮੈਂ ਇਕੱਲੇ ਇਕੱਲੇ ਨੂੰ ਕਿੱਥੇ ਫੜਦਾ ਫਿਰਾਂਗਾ, ਤੈਨੂੰ ਮੈਂ ਕਾਹਦੀ ਪੜ੍ਹਾਈ ਕਰਾਈ ਹੈ, ਤੂੰ ਜੰਗਲ 'ਚ ਜਾ ਅਤੇ ਆਪਣੇ ਜਾਤ ਭਰਾਵਾਂ ਨੂੰ ਪਿੱਛੇ ਲਾ ਕੇ ਲੈ ਕੇ ਆ, ਤੈਨੂੰ ਮੈਂ ਕੁਝ ਕਹਿਣਾ ਨਹੀਂ ਕਿਉਂਕਿ ਤੂੰ ਮੇਰਾ ਆਪਣਾ ਹੈ, ਅਤੇ ਜਿਹੜੇ ਤੇਰੇ ਪਿੱਛੇ ਲੱਗੇ ਹੋਏ ਉਹਨਾਂ ਨੂੰ ਮੈਂ ਛੱਡਣਾ ਨਹੀਂ। ਹਰਨਾ ਬਾਜਾਂ, ਬਾਜ ਵੀ ਪੜ੍ਹਾਇਆ ਜਾਂਦਾ, ਬਾਜ ਨੂੰ ਪੜ੍ਹਾ ਕੇ ਉਹਨੂੰ ਟ੍ਰੇਨ ਦੇ ਕੇ ਆਕਾਸ਼ ਵਿੱਚ ਛੱਡ ਦਿੰਦਾ ਹੈ, ਉਹ ਫਿਰ ਆਪਣੇ ਜਾਤ ਭਰਾਵਾਂ ਨੂੰ ਪਿੱਛੇ ਲਾ ਕੇ ਲੈ ਕੇ ਆਉਂਦੇ ਨੇ। ਹਰਨਾ ਬਾਜਾ ਤੀਸਰਾ ਹੈ ਸਿੱਕਦਾਰ, ਸਰਕਾਰੀ ਅਹਿਲਕਾਰ, ਉਹ ਕੋਈ ਵੀ ਹੋ ਸਕਦਾ, ਉਹ ਕੋਈ ਵੀ ਹੋ ਸਕਦਾ। ਹਰਨਾ ਬਾਜਾਂ ਤੈ ਸਿੱਕਦਾਰਾਂ ਇਹਨਾਂ ਪੜ੍ਹਿਆ ਨਾਉ, ਇਹਨਾਂ ਵੀ ਪੜ੍ਹਾਈ ਕੀਤੀ ਹੈ, ਪਰ ਕਾਹਦੀ? ਫਾਂਦੀ ਲੱਗੀ ਜਾਤ ਪਹਾਏ, ਆਪਣੇ ਜਾਤ ਭਰਾਵਾਂ ਨੂੰ ਫਾਹ ਲਾਉਣ ਦੀ ਪੜ੍ਹਾਈ ਕੀਤੀ ਹੈ, ਆਪਣਿਆਂ ਦੇ ਗਲੇ ਵੱਢਣ ਦੀ ਪੜ੍ਹਾਈ ਕੀਤੀ ਹੈ। ਆਪਣੇ ਇਸੇ ਕਰਕੇ ਕਿਹਾ ਸੀ, ਕਹਲ ਕਰਤੀ ਰਾਜੇ ਕਸਾਈ, ਬਾਪ ਦੀ ਗੱਲ ਨਾ ਸੁਣਨ ਦੇ ਵਿੱਚ ਬਹੁਤ ਵੱਡਾ ਕਾਰਨ ਇਹ ਹੈ ਕਿ ਅਸੀਂ ਬੱਚਿਆਂ ਨੂੰ ਧਰਮ ਦੀ ਡੈਫੀਨੇਸ਼ਨ ਨਹੀਂ ਦੱਸ ਪਾਏ। ਇੱਥੇ ਆਪਣੇ ਆਪ ਨੂੰ ਫੇਰ ਮੰਨਣ 'ਚ ਕੋਈ ਹਰਜ ਨਹੀਂ, ਬਾਕੀ ਜਿੰਨਾ ਕੰਟਰੀਆਂ ਤੁਸੀਂ ਬੈਠੇ ਹੋ ਇੱਥੇ ਬੰਦਾ ਸੌਰੀ ਕਹਿਣ ਵਾਲਾ ਚੰਗਾ ਮੰਨਿਆ ਜਾਂਦਾ ਵੀ ਮੇਰੇ ਕੋਲੋਂ ਗਲਤੀ ਹੈ, ਮੈਂ ਪੁੱਤਰ ਇੱਥੇ ਫੇਲ ਹੋ ਗਿਆ।
ਜਦੋਂ ਅਸੀਂ ਇਹ ਸ਼ਬਦ ਬੋਲਦੇ ਨਾ, ਸਾਨੂੰ ਸਾਰਿਆਂ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ। ਇੱਥੇ ਰੱਬ ਕਿੰਨੇ ਨੇ? ਕਿਉਂ ਸਾਸ਼ਰ ਜੀ ਤੁਸੀਂ ਪੜ੍ਹੇ ਲਿਖੇ ਬੈਠੇ ਜੀ, ਕਿੰਨੇ ਜੀ? ਇੱਕ। ਫਿਰ ਧਰਮ ਕਿੰਨੇ ਹੋਣਗੇ? ਫਿਰ ਸਾਰੇ ਧਰਮਾਂ ਦੀ ਗੱਲ ਕਿਹੜੀ ਰਹੇਗੀ? ਹੁਣ ਤੁਸੀਂ, ਮੈਂ ਤਾਂ ਕੁਝ ਨਹੀਂ ਬੋਲਿਆ, ਮੈਂ ਤੁਹਾਨੂੰ ਇਹ ਥੋੜਾ ਆਖਿਆ ਮੇਰੇ ਤੁਸੀਂ ਮੇਰੇ ਹਿਸਾਬ ਨਾਲ ਬੋਲੋ। ਮੈਂ ਤੁਹਾਨੂੰ ਪੁੱਛਿਆ ਰੱਬ ਕਿੰਨੇ ਆ? ਉੱਚੀ ਬੋਲੋ ਭੈਣੋ। ਤੇ ਫਿਰ ਧਰਮ ਕਿੰਨੇ ਹੋਏ? ਫਿਰ ਅਕਸਰ ਅਸੀਂ ਕੀ ਕਹਿੰਦੇ ਹਾਂ? ਸਾਰੇ ਧਰਮ ਕਿਹੜੇ ਹੋਏ? ਇਹ ਮਜ਼ਹਬ ਨੇ, ਧਰਮ ਇੱਕੋ ਹੀ ਹੈ। ਮੈਂ ਨਾਲ ਨਾਲ ਧਰਮ ਹਰ ਕੋ ਨਾਮ ਜਪ ਨਿਰਮਲ, ਇੱਕ ਜਗ੍ਹਾ ਸਰਵ ਹੈ, ਇੱਕ ਜਗ੍ਹਾ ਸਗਲ ਹੈ। ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਬੋਲੋ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਨਾ ਹੀ ਦੁਨੀਆ ਦਾ ਸਭ ਤੋਂ ਸ੍ਰੇਸ਼ਟ ਧਰਮ ਹੈ। ਅੜਾ ਮਾਇਕ ਹੈ, ਇਹਦਾ ਧਰਮ ਕੀ ਹੈ ਭਲਾ? ਕਿ ਜੋ ਇੱਥੋਂ ਮੈਂ ਬੋਲ ਰਿਹਾ ਤੁਹਾਡੇ ਤੱਕ ਆਵਾਜ਼ ਪਹੁੰਚਾ ਰਿਹਾ। ਜੇ ਹੁਣੇ ਮੈਂ ਬੋਲਾਂ ਅਤੇ ਇਹ ਆਵਾਜ਼ ਨਾ ਪਹੁੰਚਾਏ, ਇਹ ਕਿੱਥੇ ਜਾਏਗਾ ਭਲਾ? ਇਹਨੂੰ ਚੁੱਕ ਕੇ ਸਾਈਡ 'ਤੇ ਕਰ ਦੇਣਾ, ਦੂਜਾ ਆ ਜਾਣਾ ਇੱਥੇ। ਇਹ ਦੁਬਾਰਾ ਇੱਥੇ ਕਦੋਂ ਆ ਪਾਏਗਾ? ਠੀਕ ਹੋ, ਜਦੋਂ ਆਪਣੀ ਪ੍ਰੋਪਰ ਡਿਊਟੀ ਨਿਭਾਉਣ ਜੋਗਾ ਹੋਏਗਾ। ਬੋਲੋ ਜੀ, ਜਦੋਂ ਇਹ ਪ੍ਰੋਪਰ ਆਪਣੀ ਜ਼ਿੰਮੇਵਾਰੀ ਨਿਭਾਉਣ ਜੋਗਾ ਹੋਇਆ। ਤੁਹਾਡੇ ਘਰ ਗੱਡੀ ਖਲੋਤੀ ਹੈ, ਗੁਆਂਢੀ ਆਣ ਕੇ ਕਹਿੰਦਾ ਜੀ ਸਾਡੀ ਗੱਡੀ ਬੇਟਾ ਲੈ ਗਿਆ ਹੈ, ਸਾਨੂੰ ਬਾਜ਼ਾਰ ਜਾਣ ਲਈ ਸ਼ੋਪਿੰਗ ਕਰਨੀ ਹੈ, ਸਾਨੂੰ ਅੱਧੇ ਘੰਟੇ ਲਈ ਤੁਹਾਡੀ ਗੱਡੀ ਚਾਹੀਦੀ ਹੈ। ਅਤੇ ਜੇ ਆਪਾਂ ਕਿਹਾ ਕਿ ਇਹ ਚੱਲਦੀ ਨਹੀਂ, ਬੋਲੋ ਇਹ ਚੱਲਦੀ, ਫਿਰ ਖਟਾਰਾ ਇਹਦਾ ਇਲਾਜ ਕਰਾਓ ਭਾਈ, ਇਹਨੂੰ ਠੀਕ ਕਰਾਓ, ਤਾਂ ਕਿ ਤੁਹਾਨੂੰ ਜੇ ਅੱਜ ਮੈਨੂੰ ਤਾਂ ਜਵਾਬ ਦੇ ਤਾ, ਜੇ ਕੱਲ੍ਹ ਨੂੰ ਤੁਹਾਨੂੰ ਲੋੜ ਪੈ ਗਈ ਕੀ ਕਰੋਗੇ? ਜੇ ਉਹ ਚੱਲਦੀ ਤਾਂ ਹੀ ਗੱਡੀ ਹੈ। ਹੁਣ ਸੌਖੀ ਉਦਾਹਰਨ ਦੇਣ ਲੱਗਾ, ਹਰ ਇੱਕ ਦੇ ਕੋਲ ਮੋਬਾਈਲ ਫੋਨ ਹੈਗਾ ਜੀ, ਬਿਲਕੁਲ ਸਾਫ ਹਾਂਜੀ, ਇਹ ਤਾਂ ਬੋਲਦੇ ਹੋਏਗਾ ਕਿਉਂਕਿ ਇਹ ਤਾਂ ਬਹੁਤ, ਇਹ ਤਾਂ ਜ਼ਰੂਰੀ ਅੰਗ ਬਣ ਗਿਆ। ਜੇ 10 ਮਿੰਟ ਬਾਅਦ 5 ਮਿੰਟ ਕੋਈ ਮੈਸੇਜ ਨਾ ਆਵੇ ਤਾਂ ਬੰਦੇ ਨੂੰ ਸ਼ੱਕ ਪੈਣ ਲੱਗ ਪੈਂਦਾ ਵੀ ਠੀਕ ਹੈ, ਜਿਵੇਂ ਲੱਤ ਬਾਂਹ ਸੌਂ ਜਾਂਦੀ ਹੈ ਨਾ, ਇੱਦਾਂ ਇੱਦਾਂ ਸਾਡੀ ਜ਼ਿੰਦਗੀ ਦਾ ਅੰਗ ਬਣ ਗਿਆ। ਨਹੀਂ ਬਣਿਆ ਜੀ, ਅੰਗ ਬਣ ਗਿਆ ਜ਼ਿੰਦਗੀ ਦਾ, ਹੈਗਾ ਹੈ। ਹੁਣ ਮੰਨ ਲਓ ਜੇ ਸਾਡੇ ਇਹ ਸਾਡੀ ਦੂਸਰੇ ਨਾਲ ਗੱਲ ਨਾ ਕਰਾ ਪਾਵੇ, ਵਿੱਚ ਪ੍ਰੋਬਲਮ ਆਵੇ, ਅਤੇ ਇਹ ਆਪਾਂ ਇਹਨੂੰ ਬਦਲ ਦਿੰਦੇ ਹਾਂ ਜਾਂ ਜੀ ਰਿਪੇਅਰ ਕਰਾਉਂਦੇ, ਇੱਦਾਂ ਹੀ ਆਪਾਂ। ਇਹਦਾ ਮਤਲਬ ਹਰ ਇੱਕ ਚੀਜ਼ ਦੀ ਕੋਈ ਡਿਊਟੀ ਹੈ, ਜ਼ਿੰਮੇਵਾਰੀ ਹੈ। ਹੁਣ ਇਹਨੂੰ ਸੌਖਾ ਸਮਝੋ, ਸਕੂਲ ਦੇ ਟੀਚਰ ਦੀ ਕੀ ਜ਼ਿੰਮੇਵਾਰੀ ਹੈ? ਸਕੂਲ ਜਾ ਕੇ ਪੜ੍ਹਾਉਣਾ। ਡਾਕਟਰ ਦੀ ਕੀ ਜ਼ਿੰਮੇਵਾਰੀ ਹੈ? ਇਲਾਜ ਕਰਨਾ। ਹੁਣ ਆਪਣੇ 'ਤੇ ਲੈ ਲਓ, ਬੰਦੇ ਦੀ ਕੀ ਡਿਊਟੀ ਹੈ? ਬੰਦੇ ਬੰਦਾ ਜਿਹਨੂੰ ਸਮਝਾਉਣ ਲਈ ਕਦੀ ਮਹਾਰਾਜ ਨੂੰ ਕੋਇਲ ਦੀ ਉਦਾਹਰਨ ਦੇਣੀ ਪੈਂਦੀ ਹੈ, ਕਦੀ ਛੱਪੜ ਦੀ, ਕਦੀ ਦਰਖਤ ਦੀ, ਕਦੀ ਸੱਪ ਦੀ, ਕਦੀ ਬਲਦ ਦੀ, ਕਦੀ ਕਾਂ ਦੀ। ਹੁਣ ਸਲੋਕ ਵਾਰਾਂ 'ਤੇ ਵਧੀਕ ਪੜ੍ਹੋ। ਮਹਾਰਾਜ ਕਹਿੰਦੇ ਨੇ ਕੱਲਰ ਕੇ ਮਲ ਮਲ ਨਾਏ, ਕਊਆ ਕਊਆ ਦਾ ਅਰਥ ਕਾਂ, ਅਤੇ ਜੇ ਕਿਤੇ ਕਾਂ ਹੀ ਸਿਆਣ ਵੜਿਆ ਆਪਾਂ ਡੰਡਾ ਲੈ ਕੇ ਭਜਾ ਦੇਣਾ, ਉਹ ਕਹੇਗਾ ਮੇਰਾ ਤਾਂ ਸ਼ਬਦ ਲਿਖਿਆ ਮੈਨੂੰ ਤੁਸੀਂ ਬਾਹਰ ਕੱਢੀ ਜਾਂਦੇ ਜੀ। ਧਿਆਨ ਨਾਲ ਸੁਣਿਓ ਸਤਸੰਗ ਜੀ, ਜੇ ਉਹ ਕਹੇ ਮੇਰਾ ਦੇ ਨਾਂ ਲਿਆ ਤੁਸੀਂ ਮੈਨੂੰ ਨਹੀਂ ਸੁਣ ਦਿੰਦੇ, ਤਾਂ ਇੱਥੇ ਸਮਝਣਾ ਪਵੇਗਾ ਕਾਂ ਕਾਲਾ ਹੈ ਨਾ। ਇੱਥੇ ਬੰਦੇ ਦੇ ਮਾੜੇ ਵਿਚਾਰਾਂ ਨੂੰ ਕਾਲੇ ਕਾਂ ਦੇ ਨਾਲ ਤੁਲਨਾ ਦਿੱਤੀ ਹੈ। ਕਾਂ ਕਾਲਾ, ਹੁਣ ਇਸੇ ਨੂੰ ਆਖਿਆ ਸੀ ਅੰਮ੍ਰਿਤਸਰ ਸਤਿਗੁਰ ਮਿਲਦੀ ਹੈ 40 ਸਾਲ ਦੀ ਉਮਰ 'ਚ।
1574 ਤੋਂ ਲੈ ਕੇ 1581 ਤੱਕ 7 ਸਾਲ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਰਹੇ। ਸਭ ਗੁਰੂ ਅਰਜਨ ਸਾਹਿਬ 81 ਤੋਂ ਲੈ ਕੇ 6 ਤੱਕ ਗੁਰਤਾ ਗੱਦੀ 'ਤੇ ਰਹੇ। 1606 ਵਿੱਚ ਉਹ ਸ਼ਬਦ ਦਾ ਜਾਮ ਪੀਂਦੇ ਨੇ। ਹੁਣ ਅੰਮ੍ਰਿਤਸਰ ਜਿਹੜਾ ਸ਼ਬਦ ਗੁਰਬਾਣੀ 'ਚ ਆਇਆ ਨਾ, ਉਹ ਤਾਂ ਗੁਰੂ ਅਮਰਦਾਸ ਨੇ ਵੀ ਵਰਤਿਆ। ਅੰਦਰੋਂ ਤ੍ਰਿਸ਼ਨਾ ਪੜੋ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਪਹਿਲਾਂ। ਮੈਂ ਅੱਧੀ ਤੁਕ ਪਤਾ ਕਿਉਂ ਬੋਲਦਾ, ਅੱਧੀ ਤੁਸੀਂ ਪੂਰੀ ਕਰੋ। ਆ ਕਿਸੇ ਲੰਡੂ ਜਿਹੇ ਕਲਾਕਾਰ ਦਾ ਗਾਣਾ ਆਵੇ ਨਾ ਕਿਤੇ 15 ਦਿਨ ਪਹਿਲਾਂ, ਸੁਣ ਸੁਣ ਕੇ ਸਾਰਿਆਂ ਨੇ ਯਾਦ ਕੀਤਾ ਹੁੰਦਾ ਅਤੇ ਬਾਣੀ ਕਿੰਨੇ ਸਾਲ ਪਹਿਲਾਂ ਉਚਾਰਨ ਕੀਤੀ ਹੈ। ਗੁੱਸਾ ਨਾ ਮਨਾਇਓ, ਮੇਰੀ ਸਿੱਧੀ ਜੀ ਭਾਸ਼ਾ ਹੁੰਦੀ ਹੈ। ਅਜੇ ਤੱਕ ਅਸੀਂ 2 ਤੁਕਾਂ ਵੀ ਯਾਦ ਕਰਨੀਆਂ ਜ਼ਰੂਰੀ ਨੇ ਸਰ ਜੀ। ਉਹਦੇ ਪਿੱਛੇ ਵਧਾ ਪਤਾ ਕੀ ਹੈ ਵੀ ਜਿੱਥੇ ਬਾਣੀ ਪੜ੍ਹੀ ਜਾ ਰਹੀ ਹੁੰਦੀ, ਅਸੀਂ ਉੱਥੇ ਕੋਲ ਬੈਠਣ ਨੂੰ ਤਿਆਰ ਹੁੰਦੇ ਹੀ ਨਹੀਂ। ਗਾਣੇ ਕਿਉਂ ਯਾਦ ਹੋ ਗਏ ਸਾਨੂੰ? ਕਿਉਂਕਿ ਤਿਆਰ ਹੁੰਦੇ ਆ ਵੀ ਗਾਣਾ, ਗੱਡੀ 'ਚ ਵੀ ਗਾਣਾ, ਕਈ ਤਾਂ ਹੈੱਡਫੋਨ ਲਾ ਕੇ ਸੁਣਦੇ ਵੀ ਗਾਣੇ ਲਾ ਲਾ ਕੇ, ਉਹ ਸੁਣ ਸੁਣ ਕੇ ਗਾਣੇ ਯਾਦ ਹੋ ਗਏ। ਤੋ ਬਾਣੀ ਯਾਦ ਕਰਨੀ ਕੋਈ ਔਖੀ ਨਹੀਂ ਸੀ, ਜੇ ਯਾਦ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣੇਗੀ ਨਾ। ਸਰੀਰ ਦੀ ਖੁਰਾਕ ਬਾਰੇ ਜਿੰਨਾ ਸੁਚੇਤ ਹੈ, ਮਨ ਦੀ ਖੁਰਾਕ ਬਾਰੇ ਤਾਂ ਅਸੀਂ ਮਾਸਾ ਵੀ ਸੁਚੇਤ ਨਹੀਂ ਹੈਗੇ। ਮਨ ਦੀ ਖੁਰਾਕ ਹੈ ਜੋ ਤੁਸੀਂ ਵੇਖਦੇ ਹੋ, ਇਹ ਮਨ ਦੀ ਖੁਰਾਕ ਹੈ। ਜੋ ਤੁਸੀਂ ਸੁਣਦੇ ਹੋ ਮਨ ਦੀ ਖੁਰਾਕ ਹੈ, ਜੋ ਤੁਸੀਂ ਪੜ੍ਹਦੇ ਹੋ ਮਨ ਦੀ ਖੁਰਾਕ ਹੈ। ਬੰਦਾ ਇਕੱਲਾ ਬੈਠਾ ਕੋਈ ਗਲਤ ਚੀਜ਼ ਪੜ੍ਹ ਰਿਹਾ ਨਾ, ਵਿਕਾਰ ਆਉਣੇ ਸੁਭਾਵਿਕ ਨੇ। ਖੁਰਾਕ ਦੇ ਰਿਹਾ ਨਾ ਮਨ ਨੂੰ ਉੱਡ ਉੱਡ ਜੋ ਜੈਸੀ ਬੋਲੋ। ਮੈਂ ਅੱਧੀਆਂ ਤੁਕਾਂ ਤਾਂ ਬੋਲਦਾ ਵੀ ਤੁਸੀਂ ਬੋਲੋ, ਮੈਂ ਸਾਰੀਆਂ ਕਦੀ ਨਹੀਂ ਬੋਲਦਾ, ਮੇਰੀ ਆਦਤ ਹੈ ਸ਼ੁਰੂ ਤੋਂ। ਮੈਂ ਅੱਧੀ ਤੁਕ ਬੋਲਦਾ ਵੀ ਜੇ ਸੰਗਤ ਪੂਰੀ ਕਰ ਦੇਵੇਗੀ ਇਹਦਾ ਮਤਲਬ ਇੰਨੇ ਸਰੋਤੇ ਅਤੇ ਸਹਿਜ ਪਾਠ ਕਰਨ ਵਾਲੇ ਬੈਠੇ ਆ। ਪਰ ਹੁਣ ਹੁਣ ਧਿਆਨ ਨਾਲ ਸੁਣੋ, ਇੱਕ ਸਮਾਗਮ 'ਤੇ ਮੈਂ ਕਿਹਾ ਜੀ ਅੱਧੀ ਤੁਕ ਪੂਰੀ ਕਰੋ, ਅਤੇ ਅੱਗਿਓਂ ਆਵਾਜ਼ ਪਤਾ ਕੀ ਆਈ, ਕਹਿੰਦੇ ਜੀ ਅਸੀਂ ਤੁਕਾਂ ਪੂਰੀਆਂ ਕਰ ਰਹੇ, ਤੁਹਾਨੂੰ ਕਦ ਨਹੀਂ ਬੁਲਾਇਆ। ਹੁਣ ਮੇਰਾ ਹੁਣ ਉਹਨਾਂ 'ਤੇ ਸਵਾਲ ਹੁੰਦਾ, ਤੁਹਾਡੇ ਪੁੱਤਰਾਂ ਧੀਆਂ ਦੇ ਪੈਸੇ ਦੇ ਕੇ ਭੰਗੜਾ ਪਾਉਣ ਲਈ ਸੱਦਿਆ, ਅਸੀਂ ਤੁਹਾਡੇ ਨਾਲ ਕਿਉਂ ਪਾਈ? ਉੱਥੇ ਸਾਰੇ ਨੱਚਦੇ, ਗੁੱਸਾ ਨਾ, ਜਿਹਨਾਂ ਦੀ ਡਿਸਕ ਹਿਲਦੀ ਨਾ ਉਹ ਵੀ ਨੱਚਦੇ ਉੱਥੇ, ਜਿਹਨਾਂ ਦੀ ਲੱਤ ਬਾ, ਜਿਹਨਾਂ ਦੀਆਂ ਗੁਰਦੁਆਰਿਆਂ ਕੇ ਲੱਤਾਂ ਬਾਹਾਂ ਦੁਖਦੀ ਨਾ, ਉਹ ਵੀ ਕਹਿਣਗੇ ਥੁਮਕਾ ਲਾ ਲਾ ਪੋਤਰੇ ਦਾ ਵਿਆਹ ਤੇਰੇ ਦਾ। ਉੱਥੇ ਕਿਸੇ ਦੀ ਨਾ ਲੱਤ ਦੁਖਦੀ ਹੈ, ਨਾ ਬਾਂਹ ਦੁਖਦੀ ਹੈ, ਨਾ ਕਿਸੇ ਨੂੰ ਨੀਂਦ ਆਉਂਦੀ ਹੈ, ਨਾ ਕੋਈ ਘੜੀ ਵੇਖਦਾ। ਗੁਰੂ ਅਰਜਨ ਸਾਹਿਬ ਦਾ ਵਾਕ ਹੈ, ਗੰਧਣ ਵੈਣ ਸੁਣੇ ਉਰਝਾਵੇਂ। ਗੰਦੀਆਂ ਗੱਲਾਂ ਅਤੇ ਗੰਦੇ ਗੀਤ ਸੁਣ ਕੇ ਇੰਨਾ ਮਸਤ ਹੋ ਜਾਂਦਾ, ਤੈਨੂੰ ਤਾਂ ਵਕਤ ਵੀ ਭੁੱਲ ਜਾਂਦਾ। ਨਾਮ ਲੈਤ ਅੜਕਾਇਆ, ਜਦੋਂ ਕਿਤੇ ਗੁਰੂ ਦੀ ਗੱਲ ਹੁੰਦੀ ਹੈ ਫਿਰ ਵਾਸੀਆਂ ਇਹ ਲੈਣੀਆਂ ਵੀ ਜਿਵੇਂ ਹੁਣ ਸਾਰੀ ਜ਼ਿੰਦਗੀ ਦਾ ਨੀਂਦਰਾ ਇੱਥੇ ਆਣ ਕੇ ਲਾਉਣਾ। ਤੁਸੀਂ ਵੇਖੋ ਕਈ ਬੰਦੇ ਗੁਰਦੁਆਰੇ ਆਣ ਕੇ ਸੌਣਗੇ। ਗੰਧਣ ਵੈਣ ਸੁਣੇ ਉਰਝਾਵੇਂ, ਨਾਮ ਲੈਤ ਅੜਕਾਇਆ। ਨਿੰਦ ਚਿੰਦ ਕੋ ਬਹੁਤ ਉਮਾਇਓ, ਨਿੰਦ ਚਿੰਦ ਦਾ ਅਰਥ ਪਤਾ ਕੀ ਹੈ? ਕਿਸੇ ਨੂੰ ਬਦਨਾਮ ਕਰਨਾ ਹੋਵੇ ਤਾਂ ਕਿੰਨਾ ਦਿਮਾਗ ਚੱਲਦਾ, ਕਿਸੇ ਨੂੰ ਡੇਗਣਾ ਹੋਵੇ ਤਾਂ ਉਹਦੇ ਉਲਟ ਗੱਲਾਂ ਕਿੰਨਾ ਦਿਮਾਗ ਕੰਮ ਕਰਦਾ, ਉਹਦੇ ਵਕੀਲ ਨੂੰ ਵੀ ਮਾਤ ਪਾ ਜਾਂਦਾ ਵੀ ਵਕੀਲ ਦਾ ਵੀ ਉਨਾ ਬ੍ਰੇਨ ਨਹੀਂ ਕੰਮ ਕਰਦਾ। ਇੱਥੋਂ ਕੁੰਡੀ ਇੱਦਾਂ ਕਰਨੀ, ਇਹਨੇ ਮੈਨੂੰ ਇੱਦਾਂ ਕਿਹਾ ਸੀ, ਮੈਂ ਹੁਣ ਇਹਨੂੰ ਇੱਦਾਂ ਕਹਿਣਾ। ਨਿੰਦ ਚਿੰਦ ਕੋ ਬਹੁਤ ਉਮਾਇਓ, ਬੁੱਝੀ ਉਲਟਾਇਆ। ਹਰ ਗੱਲ ਦੇ ਅਰਥ ਹੀ ਉਲਟੇ ਲੈਂਦਾ। ਗੁਰੂ ਜੀ ਕਹਿੰਦੇ ਐਨੂੰ ਚੱਲ, ਕਹਿੰਦਾ ਐਨੂੰ ਜਾਊ। ਗੁਰੂ ਜੀ ਕਹਿੰਦੇ ਐਨੂੰ ਚੱਲ, ਇਹ ਕਹਿੰਦਾ ਮੈਂ ਐਨੂੰ ਜਾਊ। ਹਰ ਗੱਲ ਉਲਟੀ। ਪਰ ਧਨ ਪਰ ਧਨ ਪਰਤੀ ਨਿੰਦਾ, ਅਖਾਦ ਨਾ ਖਾਣ ਵਾਲੀ ਚੀਜ਼ਾਂ ਖਾਏ ਹਰਕਾਇਆ। ਸਾਚ ਧਰਮ ਸਿਉਰ ਵਿੱਚ ਨਹੀਂ ਆਵੇ, ਆ ਹੈ ਧਰਮ।
ਉਤਿਆਰੀ ਤੁਕ ਆ ਰਹੀ ਹੈ ਜੀ ਸਾਚ ਧਰਮ ਸਿਓ ਲੋਕ ਬਾਅਦ ਸੁਣਾਉਣਗੇ ਬੰਦਾ ਬੜਾ ਕਮਾਲ ਦਾ ਸੀ ਭਗਤ ਪੂਰਨ ਸਿੰਘ ਜੀ ਦੁਨੀਆਂ ਤੋਂ ਸਰੀਰਕ ਤੌਰ ਤੇ ਗਏ ਪਰ ਅੱਜ ਵੀ ਜਿਉਂਦੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਉਹਨਾਂ ਦੇ ਸਾਹਿਬਜ਼ਾਦੇ ਹੁਣ ਇੱਕ ਬੰਨੇ 70 ਸਾਲ ਬੰਦਾ ਉਮਰ ਭੋਗ ਕੇ ਜਾਂਦਾ ਇੱਕ ਬੰਨੇ 7 ਸਾਲ ਦੇ ਬਾਬਾ ਫਤਿਹ ਸਿੰਘ ਅਤੇ 17 ਸਾਲਾਂ ਦੇ ਨੂੰ ਮੁਹੱਲੇ 'ਚ ਨਹੀਂ ਏਰੀਏ 'ਚ ਨਹੀਂ ਕੋਈ ਜਾਣਦਾ ਉੱਧਰ 17 ਸਾਲਾਂ ਦੇ ਬਾਬਾ ਫਤਿਹ ਸਿੰਘ ਜਦੋਂ ਸਰੀਰਕ ਤੌਰ 'ਤੇ ਜਾਂਦੇ ਨੇ ਅਤੇ ਉੱਥੇ ਅੱਲਾ ਯਾਰ ਖਾਂ ਜੋਗੀ ਲਿਖਣ ਲਈ ਮਜਬੂਰ ਹੋ ਗਿਆ ਕਹਿੰਦਾ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲਈ 7 ਸਾਲਾਂ 'ਚ ਉਹ ਇਹੋ ਜਿਹਾ ਜੀਵਨ ਜੀਉ ਕੇ ਗਏ ਅੱਜ ਵੀ ਲੋਕ ਉਹਨਾਂ ਦੀਆਂ ਉਦਾਹਰਨਾਂ ਦਿੰਦੇ ਨੇ ਆਮ ਲੋਕ ਆਪਣੇ ਜਨਮ ਦਿਨ ਆਪੇ ਮਨਾਉਂਦੇ ਨੇ ਜਿਹੜੇ ਖਾਸ ਲੋਕ ਹੁੰਦੇ ਉਹਨਾਂ ਦੇ ਫਿਰ ਦੁਨੀਆ ਮਨਾਉਂਦੀ ਹੈ ਹੁਣ ਆਪਾਂ ਕਹਿਣਾ ਚਾਹੁੰਦਾ ਤੁਸੀਂ ਵੇਖਿਆ ਨਾ ਕਈ ਆਪੇ ਕਹਿਣਗੇ ਲਿਆਓ ਹੁਣ ਕੇਕ ਕੱਟੋ ਵੀ ਤੂੰ ਇਹੋ ਜਿਹਾ ਕਿਹੜਾ ਕੱਦੂ 'ਚ ਤੀਰ ਮਾਰਿਆ ਜਿਹੜਾ ਤੇਰਾ ਕੇਕ ਕੱਟ ਕੇ ਤੇਰਾ ਜਨਮ ਦਿਨ ਤੂੰ ਚੰਗੇ ਕੰਮ ਕਰਕੇ ਮਰ ਜਾ ਤੇਰੇ ਤੋਂ ਬਾਅਦ ਲੋਕ ਕਹਿਣ ਵੀ ਇਹਦਾ ਜਨਮ ਦਿਨ ਮਨਾਏ ਨੇ ਚਲੋ ਜੇ ਤੁਸੀਂ ਮਨਾਉਣਾ ਵੀ ਇਹ ਤਰੀਕਾ ਅਪਣਾਓ ਪਤਾ ਕਿਹੜਾ ਗੁਰਦੁਆਰਾ ਸਾਹਿਬ ਆਓ ਕੜਾਹ ਪ੍ਰਸ਼ਾਦੀ ਦੇਗ ਬਣਾਓ ਭਾਈ ਸਾਹਿਬ ਨੂੰ ਕਹੋ ਅੱਜ ਸਾਡੀ ਧੀ ਦਾ ਜਨਮ ਦਿਨ ਹੈ ਅਸੀਂ ਅਰਦਾਸ ਕਰਾਉਣ ਆਏ ਹਾਂ ਤਾਂ ਕਿ ਬੇਟੀ ਨੂੰ ਵੀ ਚੇਤਾ ਰਹੇ ਬੇਟੇ ਨੂੰ ਵੀ ਚੇਤਾ ਰਹੇ ਅੱਜ ਮੇਰਾ ਜਨਮ ਦਿਨ ਹੈ ਅਸੀਂ ਸਾਰਾ ਪਰਿਵਾਰ ਅੱਜ ਗੁਰਦੁਆਰਾ ਸਾਹਿਬ ਮੈਂ ਮਾੜੀ ਗੱਲ ਨਹੀਂ ਕਹਿੰਦਾ ਕੇਕ ਬਣਾ ਕੇ ਭਾਵੇਂ ਰੋਜ਼ ਖਾਓ ਫਿਰ ਮੋਮਬੱਤੀਆਂ ਬਾਲ ਦੇ ਕੇ ਫਿਰ ਕਹਿਣਗੇ ਤਕੜਾ ਹੋ ਕੇ ਫੂਕ ਮਾਰ ਕੇ ਦੀਵਾ ਬੁਝਾ ਦੇ ਸਾਡਾ ਹੁਣ ਹੱਦ ਹੋ ਗਈ ਇਹ ਕੁਛ ਇਹ ਸਾਡਾ ਕੋਈ ਕਲਚਰ ਹੈ ਜਿਹੜਾ ਅਸੀਂ ਅਪਣਾ ਲਿਆ ਗੁੱਸਾ ਨਾ ਮਨਾਇਆ ਹੈ ਕੋਈ ਕਲਚਰ ਸਾਡਾ ਹਰ ਮਜ਼ਹਬ ਨੇ ਆਪਣੀਆਂ ਚੀਜ਼ਾਂ ਨੂੰ ਅੱਗੇ ਸੁੱਟਣ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਬਿਲਕੁਲ ਪਿੱਛੇ ਚਲੇ ਗਏ ਅਸੀਂ ਤਾਂ ਐਡੇ ਪਿਛਲਾ ਹੋ ਗਏ ਅਸੀਂ ਤਾਂ ਸਾਡੇ ਪਰਿਵਾਰਾਂ 'ਚੋਂ ਪੰਜਾਬੀ ਵਿਚਾਰ ਖਤਮ ਹੋ ਗਏ ਮੈਂ ਬੰਗਲਾ ਸਾਹਿਬ ਕਥਾ ਕਰਦਾ ਸੀ ਉੱਥੇ ਇਹ ਨੇ ਆਪਣੀ ਦੁਕਾਨ ਪਾਈ ਆ ਨਾ ਉਹਨੇ ਮੋਟੇ ਅੱਖਰਾਂ 'ਚ ਮਰਾਠੀ ਭਾਸ਼ਾ 'ਚ ਲਿਖਿਆ ਦੂਜੇ ਨੰਬਰ 'ਤੇ ਇੰਗਲਿਸ਼ ਅਤੇ ਪੰਜਾਬੀ ਜਾਂ ਹਿੰਦੀ ਜਿਹੜੀ ਲੈਂਗੁਏਜ ਲਿਖੀ ਹੈ ਕਹਿੰਦਾ ਮੈਂ ਜਿੱਥੇ ਗਿਆ ਉਹਨੇ ਜਿੱਦਣ ਆਪਣੇ ਬੇਟੇ ਦਾ ਆਨੰਦ ਕਾਰਜ ਕੀਤਾ ਨਾ ਧਿਆਨ ਨਾਲ ਸੁਣਨ ਵਾਲੀ ਗੱਲ ਦਿੱਲੀ ਦੇ ਵਿੱਚ ਉਹਨੇ ਪੰਜਾਬੀ 'ਚ ਆਪਣੇ ਬੱਚੇ ਦੇ ਆਨੰਦ ਕਾਰਜ ਦੇ ਕਾਰਡ ਛਪਾਏ ਕਹਿੰਦੀ ਜੀ ਆਪਾਂ ਆਪਣੇ ਰਿਸ਼ਤੇਦਾਰਾਂ ਜਦੋਂ ਕਾਰਡ ਦੇਣ ਜਾਵਾਂਗੇ ਬਹੁਤ ਟਾਈਮ 'ਤੇ ਪੰਜਾਬੀ ਪੜ੍ਹਨੀ ਆਉਂਦੀ ਨਹੀਂ ਅਤੇ ਕੀ ਕਰਾਂਗੇ ਅਤੇ ਸਰਦਾਰ ਸਾਹਿਬ ਦਾ ਜਵਾਬ ਬੜਾ ਕਮਾਲ ਦਾ ਸੀ ਉਹ ਕਹਿੰਦੇ ਜੇ ਆਪ ਨਹੀਂ ਪੰਜਾਬੀ ਪੜ੍ਹਨੀ ਆਉਂਦੀ ਗੁਆਂਢੀਆਂ ਕੋਲ ਪੜ੍ਹਾਉਣ ਜਾਣਗੇ ਸ਼ਰਮ 'ਤੇ ਆਓ ਵੀ ਪੰਜਾਬੀ ਹੋ ਕੇ ਸਾਨੂੰ ਪੰਜਾਬੀ ਪੜ੍ਹਨੀ ਜੇ ਅਸੀਂ ਇੰਗਲਿਸ਼ ਪੜ੍ਹ ਸਕਦੇ ਹਾਂ ਸਿੱਖ ਸਕਦੇ ਹਾਂ ਅਤੇ ਪੰਜਾਬੀ ਪੜ੍ਹਨੀ ਇਹ ਕੋਈ ਔਖਾ ਕੰਮ ਨਹੀਂ ਅੱਜ ਸਾਡਾ ਇੱਕ ਅਕਸਰ ਕੁਐਸਚਨ ਹੈ ਜੀ ਬੱਚੇ ਸਾਡੀ ਗੱਲ ਸਮਝਦੇ ਨਹੀਂ ਕੋਈ ਔਖਾ ਕੰਮ ਨਹੀਂ ਇੱਥੇ ਭਾਸ਼ਾ ਨਹੀਂ ਬੋਲੀ ਜਾਂਦੀ ਅਤੇ ਮੈਂ ਉਹਨਾਂ ਦੇ ਪੋਤਰੇ ਵੇਖੇ ਉਹ ਪੰਜਾਬ ਦਾ ਬੱਚਾ ਵੀ ਉਹਦੀ ਠੇਠ ਪੰਜਾਬੀ ਨਹੀਂ ਬੋਲ ਸਕਦਾ ਜਿੰਨੀ ਉਹ ਬੱਚੇ ਬੋਲਦੇ ਮੈਂ ਪੁੱਛਿਆ ਜੀ ਇਹ ਬੱਚੇ ਇੱਥੋਂ ਦੇ ਜੰਮਪਲ ਨੇ ਕਹਿੰਦੇ ਹਾਂਜੀ ਮੈਂ ਕਿਹਾ ਐਡੀ ਵਧੀਆ ਪੰਜਾਬੀ ਕਿੱਦਾਂ ਕਹਿੰਦੇ ਬਸ ਜਦੋਂ ਘਰ ਦੀ ਦਹਿਲੀਜ਼ ਲੰਘ ਆਉਣ ਅਤੇ ਹਰ ਸ਼ਬਦ ਪੰਜਾਬੀ 'ਚ ਇਹਨਾਂ ਨਾਲ ਬੋਲਿੰਦੇ ਬਾਹਰ ਇੰਗਲਿਸ਼ ਵਾਧੂ ਬੋਲਦੇ ਨੇ ਇਹ ਜ਼ਿੰਮੇਵਾਰੀ ਕਿਹਨੂੰ ਨਿਭਾਉਣੀ ਪਵੇਗੀ ਭਲਾ ਹੁਣ ਦੱਸਿਓ ਹੁਣ ਨਾਂ ਲਿਆ ਤੂੰ ਸ਼੍ਰੋਮਣੀ ਕਮੇਟੀ ਦਾ ਕਿਉਂਕਿ ਹਰ ਗੱਲ ਅਸੀਂ ਦਲਦਾ ਸੁਣਦੇ ਵੀ ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤਾ ਮੈਨੂੰ ਇੱਕ ਵੀਰ ਪਿੱਛੇ ਜਿਹੇ ਮਿਲਿਆ ਮੈਂ ਕੈਨੇਡਾ ਤੋਂ ਆਇਆ ਕੈਲਗਰੀ ਸੀ ਇੱਕ ਵੀਕ ਲਈ ਉੱਥੇ ਕਹਿੰਦਾ ਜੀ ਸ਼੍ਰੋਮਣੀ ਕਮੇਟੀ ਕੁਝ ਨਹੀਂ ਕੀਤਾ ਮੈਂ ਕਿਹਾ ਪਾਸਪੋਰਟ ਸ਼੍ਰੋਮਣੀ ਕਮੇਟੀ ਬਣਾ ਦਿੱਤਾ ਸੀ ਬਾਹਰ ਆਉਣ ਲਈ ਪੱਕੇ ਕਿੱਦਾਂ ਹੋਣਾ ਧੀ ਪੁੱਤ ਕਿੱਦਾਂ ਸੱਦਣੇ ਆ ਉੱਦਾਂ ਤਾਂ ਅਸੀਂ ਆਪੇ ਪਤਾ ਕਰਦੇ ਫਿਰਦੇ ਹਾਂ ਉੱਥੋਂ ਤਾਂ ਅਸੀਂ ਕਦੀ ਨਹੀਂ ਕਿਹਾ
ਆਪਣਾ ਘਰ ਬਣਾਉਣਾ ਹੋਵੇ ਕਿਹੜੇ ਏਰੀਏ 'ਚ ਸਸਤਾ ਹੈ, ਕਿਹੜੇ ਗੈਸ ਸਟੇਸ਼ਨ ਤੋਂ ਤੇਲ ਸਸਤਾ ਮਿਲਦਾ, ਉਹ ਆਪ ਜਾਣਕਾਰੀ ਪਤਾ ਕਰਦੇ ਹਾਂ। ਕਿਹੜੇ ਗਰੋਸਰੀ ਸਟੋਰ ਤੋਂ ਕਿਹੜਾ ਸਮਾਨ ਕਿੰਨਾ ਸਸਤਾ ਮਿਲਦਾ, ਇਹ ਆਪ ਪਤਾ ਕਰਦੇ ਹਾਂ। ਜਦੋਂ ਵਾਰੀ ਆਈ ਮਹਾਰਾਜ ਤੁਹਾਡੇ ਘਰ ਦੀ, ਕਹਿੰਦੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਕਿਉਂ ਇਹ ਜ਼ਿੰਮੇਵਾਰੀ ਨਹੀਂ ਸੀ ਸਾਡੀ। ਜਦੋਂ ਮਹਾਰਾਜ ਆਖਿਆ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਵੇ, ਤੋਂ ਕਿਹਾ ਹੋਆ ਕੌਣ ਦੱਸੇ ਤੁਹਾਨੂੰ ਜ਼ਿੰਮੇਵਾਰੀ ਹੈ, ਕਿਉਂਕਿ ਅਸੀਂ ਮਾਣ ਨਾਲ ਕਹਿੰਦੇ ਹਾਂ ਕਲਗੀਧਰ ਪਾਤਸ਼ਾਹ ਅਸੀਂ ਤੁਹਾਡੇ ਬੱਚੇ ਹਾਂ, ਅਤੇ ਇਹ ਜਾਣਕਾਰੀ ਦੇਣ ਦਾ ਕਿਹਦਾ ਕਿਹਦੀ ਜ਼ਿੰਮੇਵਾਰੀ ਸੀ ਸਾਡੀ ਆਪਣੀ। ਅੱਜ ਕੌਮੀ ਪੱਖ ਸਾਡੇ 'ਚੋਂ ਖਤਮ ਹੋ ਰਿਹਾ। ਜੈਤੋਂ ਦਾ ਮੋਰਚਾ ਲੱਗਾ ਅਤੇ ਅੰਗਰੇਜ਼ ਜਦੋਂ ਫੜ ਕੇ ਅਰੈਸਟ ਕਰਦੇ ਸੀ ਨਾ ਬਜ਼ੁਰਗਾਂ ਨੂੰ, ਉਹਨਾਂ ਨੂੰ ਪੁੱਛਦੇ ਸੀ ਤੁਹਾਡੇ ਪਿਤਾ ਦਾ ਨਾਂ ਕੀ, ਕਹਿੰਦੇ ਗੁਰੂ ਗੋਬਿੰਦ ਸਿੰਘ, ਇੱਦਾਂ ਕਹਿੰਦੇ ਸੀ। ਅਤੇ ਜਿਹੜਾ ਅਫਸਰ ਨਾਂ ਲਿਖਦਾ ਸੀ ਉਹ ਜਾ ਕੇ ਜਦੋਂ ਰਿਪੋਰਟ ਦਿੰਦਾ ਸੀ, ਕਹਿੰਦਾ ਜੀ ਤੇ ਪਰਿਵਾਰ ਹੀ ਬੜਾ ਵੱਡਾ, ਇਹਨਾਂ ਦੇ ਪਿਤਾ ਦਾ ਨਾਂ ਹੀ ਇੱਕੋ ਹੈ, ਇਹਨੂੰ ਕਹਿੰਦੇ ਕੌਮੀਅਤ। ਅਤੇ ਅੱਜ 100 ਸੇ ਇਕੱਠਾ ਕਰ ਲਓ, ਕਹਿੰਦਾ ਕਿਸੇ ਨੇ ਸੌਦੇੜ ਦਾ ਨਾਂ ਲੈ ਦੇਣਾ, ਗੁੱਸਾ ਨਾ ਮਨਾਇਆ, ਮਾਫ਼ੀ ਮੰਗ ਲਾ, ਕਿਸੇ ਨੇ ਨਾਨਕ ਸਿੰਘਾਂ ਦਾ ਨਾਂ ਲੈ ਦੇਣਾ, ਕਿਸੇ ਨੇ ਟਕਸਾਲ ਦਾ ਲੈ ਦੇਣਾ, ਕਿਸੇ ਨੇ ਮਿਸ਼ਨ ਦਾ ਲੈ ਦੇਣਾ, ਟਾਵਾਂ ਲੱਭਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਲਵੋ। ਅੱਜ ਤਾਂ ਅਸੀਂ ਆਪਣਾ ਪਿਓ ਵੀ ਇੱਕ ਨਹੀਂ ਰਹਿਣ ਦਿੱਤਾ, ਸਾਡੇ 'ਚੋਂ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ, ਅੱਜ ਤਾਂ 100 ਸੇ ਕਈ ਗੁਰਦੁਆਰੇ ਦੇਗ ਲੈਣ ਤੋਂ ਕੰਨੀ ਕਿਤੇ ਆਉਂਦੇ ਆ ਵੀ ਸਾਡੇ ਵਰਗੇ ਬੰਦੇ ਨੇ ਦੇਗ ਨਹੀਂ ਬਣਾਈ। ਸਾਡਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਕਰਨ ਦਾ ਤਰੀਕਾ ਅਲੱਗ ਹੈ, ਤੁਹਾਡਾ ਅਲੱਗ ਹੈ, ਕੌਮੀ ਪੱਗ ਕਿੱਥੇ ਰਹਿ ਗਿਆ ਸਾਡੇ? ਫਿਰ ਕਹਿੰਦੇ ਜੀ ਬੱਚੇ ਗੁਰਦੁਆਰੇ ਨਹੀਂ ਆਉਣੇ ਬੱਚੇ। ਮੈਂ ਕੱਲ੍ਹ ਇੱਕ ਵੀਰ ਨਾਲ ਗੱਲ ਕਰਦਾ ਸੀ, ਜੇ ਆਪਾਂ ਗੋਰਿਆਂ ਦੀਆਂ ਚਰਚਾਂ ਖਰੀਦ ਕੇ ਗੁਰਦੁਆਰੇ ਬਣਾ ਰਹੇ ਹਾਂ ਨਾ, ਆਉਣ ਵਾਲੇ 40 ਸਾਲਾਂ ਦਾ ਭਵਿੱਖ ਸੋਚੋ, ਤੁਹਾਡੇ ਗੁਰਦੁਆਰੇ ਵੀ ਸੇਲ 'ਤੇ ਲੱਗਣਗੇ ਜੇ ਹੁਣ ਤੋਂ ਸੁਚੇਤ ਨਾ ਹੋਏ ਤਾਂ। ਸ਼ਾਇਦ ਇਹ ਗੱਲ ਕਈਆਂ ਨੂੰ ਮੇਰੀ ਕੜਵੀ ਲੱਗੇ, ਪਰ ਇਹ ਸੱਚ ਹੈ। ਕਿਉਂ? ਕਿਉਂਕਿ ਅਸੀਂ ਆਉਣ ਵਾਲਾ ਨੌਜਵਾਨ ਵਰਗ ਤਿਆਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਜੇ ਕੋਈ ਕੋਈ ਗੁਰਦੁਆਰੇ ਦੀ ਕਮੇਟੀ 4 ਭੈਣਾਂ ਰਲ ਕੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਕੋਸ਼ਿਸ਼ ਕਰ ਵੀ ਰਹੇ ਨੇ, ਮਾਂ ਬਾਪ ਸੀਰੀਅਸ ਨਹੀਂ ਹੈਗੇ। ਉਹ ਵੀ ਕਹਿੰਦੇ ਜਿੰਨਾ ਸਕੂਲ ਪੜ੍ਹ ਆਇਆ, ਜਿੰਨਾ ਗੁਰਦੁਆਰੇ ਪੜ੍ਹਨਾ, ਠੀਕ ਹੈ ਘਰ ਆਣ ਕੇ ਤੈਨੂੰ ਹੁਣ ਬਾ ਠੀਕ ਪੜ੍ਹ ਆਇਆ ਤੂੰ, ਨਹੀਂ ਥੋੜ੍ਹਾ ਜਿਹਾ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। ਤੁਹਾਡੇ ਬੱਚਾ ਕਿਸੇ ਸਬਜੈਕਟ ਵਿੱਚੋਂ ਪਿੱਛੇ ਰਹਿ ਜਾਏ, ਟੈਨਸ਼ਨ ਹੁੰਦੀ ਕਿ ਨਹੀਂ ਹੁੰਦੀ ਬੋਲ ਕੇ? ਤੁਸੀਂ 10-10 ਕਿਲੋਮੀਟਰ 20-20 ਕਿਲੋਮੀਟਰ ਆਪਾਂ ਲੈ ਕੇ ਬੱਚੇ ਨੂੰ ਜਾਂਦੇ ਹਾਂ ਕਿ ਨਹੀਂ ਜਾਂਦੇ? ਜੇ ਥੋੜ੍ਹੀ ਜਿਹੀ ਇੱਧਰ ਮਿਹਨਤ ਕਰ ਲਓ ਤਾਂ ਸਭ ਕੁਝ ਰਹਿ ਜਾਣਾ ਆਪਣੇ ਤੋਂ ਬਾਅਦ। ਆਪਾਂ ਸੋਹਣੀਆਂ ਤੁਸੀਂ ਸੋਹਣੀਆਂ ਕੰਟਰੀਆਂ 'ਚ ਬੈਠੇ ਜੇ, ਘਰ 'ਤੇ 4 ਦੇ ਗਿਆ ਮੈਨੂੰ ਇੱਕ 'ਚ ਮਹਿਰ, ਇਹਨਾਂ 3 ਫਰੀ ਨੇ, ਉਹਨਾਂ ਦਾ ਰੈਂਟ ਮੈਨੂੰ ਆ ਰਿਹਾ, ਘਰ ਭਾਵੇਂ ਇੱਕ ਹੀ ਦੇ ਕੇ ਜਾਂਦਾ, ਮੈਨੂੰ ਆਪਣੀ ਕੌਮ ਅਤੇ ਆਪਣੇ ਗੁਰੂ ਬਾਰੇ ਜ਼ਰੂਰ ਦੱਸ ਕੇ ਜਾਂਦਾ। ਕਿਤੇ ਨਾ ਹੋਵੇ ਸਾਡਾ ਕਾਲੇ ਅੱਖਰਾਂ 'ਚ ਨਾਂ ਲਿਖਿਆ ਜਾਵੇ। ਬੱਚੇ ਬੜੇ ਮਾਸੂਮ ਨੇ, ਤੁਸੀਂ ਦੱਸਣ ਦੀ ਕੋਸ਼ਿਸ਼ ਤਾਂ ਕਰੋ ਇਹਨਾਂ ਨੂੰ, ਪਰ ਕਈਆਂ ਨੇ ਇਹ ਕੋਸ਼ਿਸ਼ ਅਜੇ ਤੱਕ ਕੀਤੀ ਨਹੀਂ। ਕੋਸ਼ਿਸ਼ ਤਾਂ ਕਰਾਂਗੇ ਜੇ ਸਾਨੂੰ ਖੁਦ ਨੂੰ ਪਤਾ ਹੋਏਗਾ। ਤੇ ਹੁਣ ਇੱਥੇ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕਹੀ, ਐਸਾ ਗਿਆਨ, ਤੇ ਭਗਤ ਕਬੀਰ ਜੀ ਦਾ ਵਾਕ ਹੈ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਗਿਆਨ ਦੀ ਰੋਸ਼ਨੀ 'ਚ ਕੀਤਾ ਹੋਇਆ ਹਰ ਕਰਮ ਬੰਦੇ ਦਾ ਧਰਮ ਬਣ ਜਾਂਦਾ, ਤੇ ਗਿਆਨ ਦੀ ਰੋਸ਼ਨੀ ਤੋਂ ਬਿਨਾਂ ਕੀਤਾ ਹੋਇਆ ਹਰ ਕਰਮ ਅਧਰਮ ਬਣ ਜਾਂਦਾ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ। ਜਿੱਥੇ ਝੂਠ ਹੋਏਗਾ ਉੱਥੇ ਪਾਪ। ਪਾਪ ਕੀ ਹੈ? ਸੋਚ। ਪਾਪ ਕੀ ਹੈ ਜੀ? ਮਾੜੀ ਸੋਚ। ਜਦੋਂ ਬੰਦਾ ਮਾੜਾ ਸੋਚਦਾ ਉਹ ਪਾਪ ਹੈ। ਜਦੋਂ ਤੁਸੀਂ ਮਾੜਾ ਸੋਚਿਆ ਅਤੇ ਮਾੜਾ ਕਰ ਦਿੱਤਾ ਉਹ ਅਪਰਾਧ ਬਣ ਜਾਣਾ। ਅਪਰਾਧ ਸਰੀਰ ਦੇ ਤਲ 'ਤੇ ਹੁੰਦਾ, ਪਾਪ ਮਨ ਦੇ ਤਲ 'ਤੇ ਹੁੰਦਾ। ਪਾਪ ਦੀ
ਤੁਹਾਨੂੰ ਕਾਨੂੰਨੀ ਤੌਰ 'ਤੇ ਕੋਈ ਸਜ਼ਾ ਨਹੀਂ, ਕਿਉਂਕਿ ਤੁਸੀਂ ਮਨ ਵਜੇ ਸੋਚ, ਹੁਣ ਤੁਸੀਂ ਸੋਚਿਆ ਮਨ 'ਚ ਵੀ ਮੈਂ ਫਲਾਣੇ ਥਾਂ 'ਤੇ ਚੋਰੀ ਕਰਨੀ ਹੈ, ਇਹ ਮੈਂ ਸੋਚਿਆ, ਇਹ ਕੀ ਹੈ? ਪਾਪ। ਪਰ ਕਿਸੇ ਕੋਲ ਸਬੂਤ ਹੈ ਜੇ? ਕਿਉਂਕਿ ਸੋਚਿਆ ਹੀ ਹੈ ਨਾ। ਜਦੋਂ ਚੋਰੀ ਕਰ ਲਈ, ਫੜਿਆ ਗਿਆ ਚੋਰੀ ਕਰਦਾ, ਕੈਮਰੇ 'ਚ ਰਿਕਾਰਡਿੰਗ ਹੋ ਗਈ, ਅਪਰਾਧ ਹੈ, ਇਹਦੀ ਸਜ਼ਾ ਹੈ, ਇਹਦੀ ਸਜ਼ਾ ਹੈ। ਸਤਿਗੁਰ ਦੀ ਬਾਣੀ ਕਹਿੰਦੀ ਮਾੜਾ ਸੋਚਣਾ, ਇਹ ਹੈ ਪਾਪ। ਇਸ ਨੂੰ ਆਖਿਆ ਸੀ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਜੇ ਸੱਚ ਪੁੱਛੋ ਦੁੱਖ ਕਾਹਦਾ ਭਲਾ? ਮਾੜੀ ਸੋਚ ਦੁਖੀ ਕਰਦੀ ਬੰਦੇ ਨੂੰ। ਮਾੜੀ ਸੋਚ, ਡੇਢ ਫੁੱਟ ਦੇ ਗੱਦੇ 'ਤੇ ਵੀ ਬੰਦਾ ਸੁੱਤਾ ਹੋਵੇ ਤਾਂ ਸੌਣ ਨਹੀਂ ਦਿੰਦੀ, ਅਤੇ ਚੰਗੀ ਸੋਚ ਜ਼ਮੀਨ 'ਤੇ ਕੱਪੜਾ ਵੀ ਨਾ ਹੋਵੇ ਉੱਥੇ ਅੱਖ ਲੱਗ ਜਾਂਦੀ। ਸੋਚ ਬੜੀ ਵੱਡੀ ਚੀਜ਼ ਹੈ, ਤੁਸੀਂ ਸੋਚ ਇੱਦਾਂ ਦੀ ਰੱਖੋ ਕਿ ਇਹਦਾ ਕੰਮ ਦੇਖੋ, ਸ਼ੁਕਰ ਹੈ ਮਹਾਰਾਜ ਇਹ ਤਰੱਕੀ ਕਰ ਰਿਹਾ, ਇੱਦਾਂ ਆਵਾਜ਼ ਅੰਦਰੋਂ ਕਹਿ। ਅੜਾ ਸ਼ਬਦ ਸੀ ਬੋਲਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਅੱਜ ਬੰਦੇ ਨੂੰ ਦੁਖੀ ਕਿਹਨੇ ਕੀਤਾ? ਸੱਚੇ ਕਿਹੜੇ? ਸੱਚ ਦਾ ਚਾਕਰ ਬਣ ਜਾ, ਸੱਚ ਦਾ ਸੇਵਕ ਬਣ ਜਾ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਬਸ ਆਹ ਕਸਵੱਟੀ ਰੱਖਣੀ ਹੈ। ਹੁਣ ਇਹ ਕਿੰਨਾ ਸੌਖਾ ਹੁੰਦਾ। ਮੈਂ ਅਕਸਰ ਹਰ ਜਿੱਥੇ ਜਾਂਦਾ ਇੱਕ ਬੇਨਤੀ ਕਰਦਾ ਹੁੰਦਾ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ, ਕਿ ਤੁਸੀਂ ਸ਼ਬਦਾਂ ਦੇ ਇੱਦਾਂ ਸਨਮਾਨ ਚਿੰਨ੍ਹ ਬਣਾਓ, ਸਰੋਪੇ ਦੇਣੇ ਬੰਦ ਕਰ ਦਿਓ। ਜਿਹੜੇ ਆਪਾਂ ਸਰੋਪੇ ਦਿੰਦੇ ਹਾਂ ਨਾ, ਇਹ ਬੰਦ ਕਰ ਦਿਓ। ਸੱਚ ਕੀ ਕਰੋ, ਜੇ ਕਿਸੇ ਨੇ ਕੋਈ ਘਰ 'ਚ ਸਮਾਗਮ ਕਰਾਇਆ, ਕਿਸੇ ਨੇ ਗੁਰਦੁਆਰੇ ਸਮਾਗਮ ਕਰਾਇਆ, ਉਹਨੂੰ ਸ਼ਬਦਾਂ ਦਾ ਮੋਮੈਂਟੋ ਦਿਓ। ਲਿਖੇ ਹੋਣ ਇੱਦਾਂ ਹੌਲੀ ਹੌਲੀ ਸਾਡੇ ਘਰਾਂ ਜਦੋਂ ਸ਼ਬਦ ਗੁਰੂ ਦੀਆਂ ਤਸਵੀਰਾਂ ਜਾਣਗੀਆਂ, ਅਸੀਂ ਬੁੱਤ ਆਪਣੇ ਘਰੋਂ ਲਾਉਣੇ ਆਪਣੇ ਆਪ ਬੰਦ ਕਰ ਦੇ। ਤੁਹਾਨੂੰ ਬਦਲ ਦੇਣਾ ਪੈਣਾ ਹੈ। ਸ਼ਬਦ ਬੰਦੇ ਨੂੰ ਬਦਲਦਾ ਹੈ। ਸ਼ਬਦ ਵਿੱਚ ਕਿੱਡੀ ਤਾਕਤ ਹੈ। ਸਾਨੂੰ ਬੁੱਤ ਪੂਜ ਕੇ ਨਹੀਂ ਸੀ ਬਣਾਇਆ। ਜੈਸੋ ਸੇਵਾ ਤੈਸੋ ਹੋਵੇ। ਬਿੱਪਰ ਐਡਾ ਚਲਾਕ ਸੀ, ਉਹਨੇ ਮਹਾਤਮਾ ਬੁੱਧ ਨੂੰ ਕਿੱਦਾਂ, ਬੁੱਧ ਦੀ ਫਿਲੋਸਫੀ ਨੂੰ ਕਿੱਦਾਂ ਖਾ ਗਿਆ। ਮਹਾਤਮਾ ਬੁੱਧ ਸਭ ਤੋਂ ਵੱਧ ਮੂਰਤੀ ਪੂਜਾ ਦੇ ਉਲਟ ਸੀ। ਬਿੱਪਰ ਐਡਾ ਚਲਾਕ ਸੀ, ਉਹ ਕਹਿੰਦਾ ਇੱਕ ਵਾਰ ਅੱਖਾਂ ਬੰਦ ਕਰ, ਸਭ ਤੋਂ ਵੱਧ ਬੁੱਧ ਤੇ। ਜਿਹੜੇ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਸਾਰੀ ਜ਼ਿੰਦਗੀ ਦੁਨੀਆਂ ਨੂੰ ਦੱਸਦੇ ਰਹੇ ਕਿ ਭਾਈ ਸ਼ਬਦ ਬਾਣੀ ਨਾਲ ਜੁੜੋ। ਉਹਨਾਂ ਦੀਆਂ ਬੁੱਧ ਅਤੇ ਤਸਵੀਰਾਂ ਬਣਾ ਕੇ ਸਮਾਜ ਦੇ ਵਿੱਚ ਰੱਖ ਦਿੱਤੀਆਂ। ਤੁਸੀਂ ਵੇਖਿਓ ਅੱਜ ਜਦੋਂ ਗੁਰਪੁਰਬ ਦਾ, ਫੋਟੋਆਂ ਭੇਜੀਆਂ ਜਾ ਰਹੀਆਂ ਇੱਕ ਦੂਜੇ ਨੂੰ, ਨੋਟ ਕਰਿਓ। ਇੱਦਾਂ ਫਿਰ ਉੱਤੇ ਲਿਖਿਆ ਦਾ ਇਹ ਫੋਟੋ ਇੰਨੀ ਵਾਰ ਸ਼ੇਅਰ ਕਰੋਗੇ ਤੁਹਾਡੇ ਕੰਮ ਬਣਨਗੇ। ਲਾਸਟ ਦਿੰਦੇ ਉਹ, ਫਿਰ ਜਿਹੜਾ ਵੀਜ਼ਾ ਨਹੀਂ ਲੱਗਦਾ, ਜਿਹੜਾ ਪੱਕਾ ਨਹੀਂ ਹੁੰਦਾ, ਉਹ ਫਿਰ ਫੋਟੋਆਂ ਦੋਸਤਾਂ ਮਿੱਤਰਾਂ ਨੂੰ ਭੇਜਦਾ ਵੀ ਫੋਟੋ ਭੇਜਣ ਨਾਲ ਗੱਲ ਬਣ ਜਾਣੀ ਹੈ। ਜਿਹੜਾ ਕਾਰੋਬਾਰ ਨਹੀਂ ਚੱਲਦਾ, ਜਿਹੜਾ ਸਟੋਰ ਨਹੀਂ ਚੱਲਦਾ, ਜਿਹਦੇ ਘਰ 'ਚ ਕਲੇ, ਉਹ 'ਚ ਭੇਜ ਲਿਖਿਆ, ਉਹ 'ਚ ਲਿਖਦੇ ਵੀ ਇੱਦਾਂ ਵਾ ਵੀ ਇਹ ਫੋਟੋ ਇੰਨੇ ਬੰਦਿਆਂ ਤੱਕ ਤੁਸੀਂ ਸ਼ੇਅਰ ਕਰ ਦਿਓ, ਫਿਰ ਤੁਸੀਂ ਜੋ ਮੰਗੋਗੇ ਉਹ ਮਿਲ ਜਾਣਾ। ਹੁਣ ਇੱਕ ਵੀਰ ਮੈਨੂੰ ਕਹਿੰਦਾ ਤਾਂ ਹੱਲ ਕੀ ਹੈ? ਮੈਂ ਕਿਹਾ ਹੱਲ ਇਹੋ ਹੀ ਹੈ, ਜਦੋਂ ਤੁਹਾਨੂੰ ਕੋਈ ਕਿਸੇ ਗੁਰਪੁਰਬ ਦੇ ਫੋਟੋ ਭੇਜੋ, ਅੱਗੇ ਤੁਹਾਡਾ ਕੁਐਸਚਨ ਉੱਠਦਾ ਇਹ ਕੀ ਹੈ? ਉਹ ਕਹੇ ਜੀ ਗੁਰੂ ਨਾਨਕ ਸਾਹਿਬ, ਤੂੰ ਕਹੇ ਸਾਡਾ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਹੈ, ਸਾਡਾ ਗੁਰੂ ਨਾਨਕ ਸਾਹਿਬ ਆਸਾ ਕੀ ਵਾਰ ਹੈ। ਜਦੋਂ ਤੁਸੀਂ ਫੋਟੋਆਂ ਲੈਣੀਆਂ ਬੰਦ ਕਰਤੀਆਂ, ਵਿਕਣੀਆਂ ਅਤੇ ਬਣਨੀਆਂ ਆਪਣੇ ਆਪ ਬੰਦ ਹੋ ਜਾਣੀਆਂ। ਅਸੀਂ ਕਰ ਰਹੇ ਹਾਂ, ਸਾਨੂੰ ਪਹਿਲਾਂ ਅਗਲੇ ਨੇ ਮਨਾ ਦਿੱਤਾ। ਸ਼ਬਦ ਨੇ ਬੰਦੇ ਦੀ ਜੀਵਨ ਨੂੰ ਬਦਲਣਾ ਹੈ। ਤੁਸੀਂ ਇੱਥੋਂ ਕਿਤੇ ਜਾਣਾ ਹੈ, ਸਾਈਨ ਬੋਰਡ ਲੱਗਾ ਉੱਪਰ ਲਿਖਿਆ ਹੋਇਆ ਹੈ ਜਿੱਥੇ ਜਾ ਰਹੇ ਹੋ ਉਹ ਕਿੰਨੇ ਕਿਲੋਮੀਟਰ ਹੈ। ਸੌਖੀ ਉਦਾਹਰਨ ਸਮਝੋ, ਤੁਸੀਂ ਕਿਸੇ ਦੇ ਘਰ ਜਾਣਾ ਹੋਵੇ ਪਹਿਲੀ ਵਾਰ, ਕੀ ਕਹਿੰਦੇ ਹੋ ਅਗਲੇ ਨੂੰ? ਆਪਣੇ ਘਰ ਦਾ ਐਡਰੈਸ ਭੇਜੋ। ਉਹਨੂੰ GPS 'ਚ ਪਾਉਂਦੇ ਜੇ, GPS ਤੁਹਾਨੂੰ ਦੱਸਦਾ ਇੱਥੋਂ ਇੰਨੇ ਮੀਲ ਹੈ,
ਆਹ ਤਿੰਨ ਰਸਤੇ ਆ, ਕਿਹੜੇ ਰਸਤੇ ਜਾਣਾ ਚਾਹੁੰਦੇ? ਕਦੀ ਇੱਦਾਂ ਕਿਹਾ ਵੀ ਐਂ ਕਰੋ ਪਾਪਾ ਜੀ ਦੀ ਫੋਟੋ ਭੇਜ ਦਿਓ, ਇੱਦਾਂ ਕਿਹਾ ਕਦੀ ਆਪਾਂ ਕਿਸੇ ਨੂੰ ਵੀ ਤੁਹਾਡੇ ਘਰ ਦਾ ਜਿਸ ਬੰਦੇ ਦੇ ਨਾਂ 'ਤੇ ਤੁਹਾਡਾ ਘਰ ਹੈ ਉਹਦੀ ਫੋਟੋ ਭੇਜ ਦਿਓ? ਕਦੀ ਕਿਸੇ ਨੇ ਕਿਹਾ ਇੱਦਾਂ? ਆਪਾਂ ਪੜ੍ਹੀਆਂ ਲਿਖੀਆਂ ਕੰਟਰੀਆਂ 'ਚ ਬੈਠੇ ਹਾਂ, ਜੀ ਪੀ ਐਸ ਨੂੰ ਵੀ ਫੋਟੋ ਦੀ ਸਮਝ ਨਹੀਂ ਆਉਣੀ। ਉਹ ਕਹਿੰਦਾ ਮੇਰੇ ਹੱਥ ਖੜੇ ਆਇਆ ਕਰ, ਨਹੀਂ ਤਾਂ ਲੇਖ ਇੱਥੇ, ਸਟਰੀਟ ਕਿਹੜੀ ਹੈ, ਘਰ ਦਾ ਨੰਬਰ ਕਿੰਨਾ, ਫੇਰ ਦੱਸੋ ਕਿੰਨੇ ਕਿਲੋਮੀਟਰ ਹੈ। ਜੇ ਜੀ ਪੀ ਐਸ ਨੂੰ ਵੀ ਫੋਟੋ ਦੀ ਸਮਝ ਨਹੀਂ ਆ ਰਹੀ, ਤੈਨੂੰ ਕਿੱਥੋਂ ਆ ਜਾਊ? ਇੱਕ ਇੱਕ ਪੰਜ ਸੱਤ ਨਕਲੀ ਫੁੱਲਾਂ ਵਿੱਚ ਇੱਕ ਅਸਲੀ ਫੁੱਲ ਰੱਖ ਦਿਓ, ਮੱਖੀ ਉਹਤੇ ਨਹੀਂ ਬਹਿੰਦੀ, ਉੱਲਾ ਕੇ ਮਿੱਠੇ 'ਤੇ ਬਵੇਗੀ, ਉਹਨੂੰ ਕਿਹਨੇ ਦੱਸਿਆ? ਮੱਖੀ ਨੂੰ ਵੀ ਅਸਲ ਨਕਲ ਦਾ ਪਤਾ ਹੈ। ਸਿੱਖਾ ਤੈਨੂੰ ਤਾਂ ਨਕਲ ਕਹਿ ਕੇ ਅਗਲਿਆਂ ਨੇ ਅਸਲ ਬਣਾ ਬਣਾ ਦੇ ਸਕਿਆ। ਤੇਰੇ ਘਰਾਂ 'ਚ ਲੱਗੀਆਂ ਫੋਟੋਆਂ ਇਸ ਗੱਲ ਦਾ ਸਬੂਤ ਹੈ, ਤੂੰ ਖਾਧਾ ਗਿਆ, ਤੇਰਾ ਨਿਆਰਾ ਆਪਾਂ ਅਗਲੇ ਨੇ ਨਿਗਲ ਲਿਆ। ਅਸੀਂ ਰਸਤੇ 'ਚ ਮੈਂ ਅਤੇ ਭਾਈ ਦਲਜੀਤ ਸਿੰਘ ਗੱਲਾਂ ਕਰਦੇ ਆ ਰਹੇ ਸੀ ਵੀ ਅੱਜ ਇੱਕ ਚੀਜ਼ ਹੋਰ ਮਾਰ ਵੇਖੋ। ਸਾਡੇ ਘਰਾਂ 'ਚ ਪਹਿਲਾਂ ਇੱਕ ਓਂਕਾਰ ਹੁੰਦਾ ਸੀ, ਹੁਣ ਖੰਡੇ ਆ ਗਏ। ਇੱਕ ਓਂਕਾਰ ਸਾਨੂੰ ਇਹ ਚੇਤਾ ਕਰ, ਆਉਣ ਵਾਲੇ ਨੇ ਸਭ ਤੋਂ ਵੱਡੀ ਕੁਤਾਹੀ ਪਤਾ ਕੀ ਕੀਤੀ? ਇੱਕ ਵੀ ਤਸਵੀਰ ਗੁਰਬਾਣੀ ਦੇ ਸਿਧਾਂਤ ਮੁਤਾਬਕ ਨਹੀਂ। ਸਭ ਤੋਂ ਪਹਿਲਾਂ ਤਸਵੀਰ ਕਿਹਨੇ ਬਣਾਈ ਸੀ? ਚਿੱਤਰਕਾਰ ਸੋਭਾ ਸਿੰਘ ਨੇ 1949 ਦੇ ਵਿੱਚ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਤੋਂ ਕੂਚ ਕਰ ਗਏ ਜਦੋਂ 1849 ਵਿੱਚ, ਅਤੇ 1849 ਦੇ ਵਿੱਚ ਅੰਗਰੇਜ਼ ਪੰਜਾਬ ਵਿੱਚ ਕਾਬਜ ਹੋ ਜਾਂਦਾ, ਕਿਉਂਕਿ ਪਹਿਲਾਂ ਕਲਕੱਤਾ ਰਾਜਧਾਨੀ ਸੀ ਭਾਰਤ। 1911 ਦੇ 1900 ਤੂੰ ਨੋਟ ਕਰਿਓ, 1919 ਵਿੱਚ ਜਦੋਂ ਜਲ੍ਹਿਆਂਵਾਲਾ ਸਾਕਾ ਵਾਪਰਦਾ ਉਦੋਂ ਚਿੱਤਰਕਾਰ ਸੋਭਾ ਸਿੰਘ ਫੌਜ ਵਿੱਚ ਭਰਤੀ ਹੁੰਦਾ, ਅਤੇ 1923 ਵਿੱਚ ਸਭ ਤੋਂ ਪਹਿਲੀ ਉਹਨੇ ਇੱਦਾਂ ਬੰਦਾ ਇੱਕ ਬਿਠਾ ਕੇ ਸਾਹਮਣੇ ਉਹਦੀ ਤਸਵੀਰ ਬਣਾਈ ਅਤੇ ਉਹਦੇ ਥੱਲੇ ਲਿਖਤਾ ਇਹ ਗੁਰੂ ਨਾਨਕ ਸਾਹਿਬ ਹੈ। ਜਿਹੜੀਆਂ ਅੱਜ ਸਾਡੇ ਘਰਾਂ 'ਚ ਤਸਵੀਰਾਂ ਲੱਗੀਆਂ, ਇਹ ਗੁਰੂ ਨਾਨਕ ਸਾਹਿਬ ਦੀਆਂ ਅਸਲੀ ਤਸਵੀਰਾਂ ਨਹੀਂ, ਈਵਨ ਕਿਸੇ ਵੀ ਗੁਰੂ ਪਾਤਸ਼ਾਹ ਦੀਆਂ ਅਸਲੀ ਤਸਵੀਰਾਂ ਨਹੀਂ। ਇਹ ਸਭ ਤੋਂ ਪਹਿਲਾਂ ਬਣੀ 1900 ਵਿੱਚ, ਸਿਰ 'ਤੇ ਵੀ ਮਾਲਾ ਪਵਾਤੀ, ਗਲ 'ਚ ਵੀ ਮਾਲਾ ਪਵਾਤੀ, ਹੱਥਾਂ 'ਚ ਵੀ ਮਾਲਾ ਪਵਾਤੀ, ਲਾ ਕੇ ਗੜਵੇ ਰੱਖ ਦਿੱਤੇ। ਬਾਣੀਆਂ ਦੀ ਗੱਜ 3:30 'ਤੇ ਧੋਤੀਆਂ, ਤੇਰੇ ਪੈਨ ਤੱਗ ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਬਗ। ਜਿਹੜੇ ਸਾਡੇ ਘਰ ਦਾ ਪਾਣੀ ਨਾ ਪੀਣ, ਸਾਡੇ ਕੋਲ 5-7 ਵਾਰੀ ਹੱਥ ਧਵਾਉਣ, ਆਪਾਂ ਕਹਿੰਦੇ ਹੈ ਹੀ ਬੜੇ ਪੁੱਜੇ ਹੋਏ ਮਹਾਂਪੁਰਖੇ। ਜਿਹੜਾ ਸਾਡੇ ਉਹਨੂੰ ਆਣ ਕੇ ਨਾਲ ਹੀ ਸਾਡੇ ਬਹਿ ਗਿਆ, ਨਾਲ ਹੀ ਸਾਡੇ ਛਾ ਗਿਆ, ਕਹਿੰਦੇ ਕੋਈ ਖਾਸ ਜਿਹਾ ਨਹੀਂ ਸਾਡੇ ਵਰਗੇ ਲੱਗਦਾ। ਸਾਡੇ ਪੰਜਾਬੀਆਂ ਦੀ ਸਾਈਕੀ ਪਤਾ ਕੀ? ਜਿਹੜਾ ਜਵਾਈ ਉਹਨੂੰ ਬੜਾ ਯਾਦ ਕਰਨਗੇ। ਸਾਡੇ ਪੰਜਾਬੀਆਂ ਦੀ ਸਾਈਕੀ, ਗੁੱਸਾ ਨਾ ਮਨਾਵੇ ਮੇਰੀ ਸਿੱਧੀ ਜੀ ਭਾਸ਼ਾ, ਜਿਹੜਾ ਜਵਾਈ ਵਿਚਾਰਾ ਆਪੇ ਆਣ ਕੇ ਕਹੇ ਜੇ ਨਹੀਂ ਬਣੀ ਆਚਾਰ ਨਾ ਦੇ ਦੇ ਮਾਂ ਵੀ ਵਧੀਆ, ਉਹਨੂੰ ਕਹਿਣਗੇ ਸਾਧੂ ਆ ਇਹ ਤਾਂ ਠੀਕ ਠੀਕ ਹੀ ਆ। ਜਿਹੜਾ ਅੱਧੀ ਰਾਤ ਸਾਰੇ ਟੱਬਰ ਨੂੰ ਕਹਿੰਦਾ ਮੀਂਹ ਪੈਂਦਾ ਬਾਹਰੋਂ ਲੈ ਕੇ ਉਹ ਸਟੋਰ ਤੋਂ ਅੱਧੀ ਰਾਤ ਖਿਲਾਵੇ, ਉਹਨੂੰ ਫਿਰ ਯਾਦ ਕਰਦੇ ਕਹਿੰਦੇ ਹਾਂ ਹਾਂ ਹਾਂ। ਸਾਡੇ ਸਮਾਜ ਦੀ ਹਾਲਤ ਇੱਦਾਂ ਧਰਮ ਦੇ ਨਾਂ 'ਤੇ ਹੈ, ਜਿਹੜਾ ਸਾਦਾ ਤੁਹਾਡੇ 'ਚ ਵਿਚਰੇ ਕਹਿੰਦਾ ਠੀਕ ਠੀਕ ਆ, ਜਿਹੜਾ 5-7 ਵਾਰੀ ਹੱਥ ਧਵਾਵੇ, ਕਦੀ ਕਹੇ ਲਾਚੀਆਂ ਨਾਲ ਲਿਆਓ ਦੁੱਧ, ਕਦੀ ਕਹੇ ਲੌਂਗਾਂ ਨਾਲ ਲਿਆਓ ਦੁੱਧ, ਕਦੀ ਕਹੋ ਤੱਤੀ ਕਰੋ, ਕਦੀ ਕਰੋ ਠੰਡੀ ਕਰੋ, ਕਹਿੰਦੇ ਪੁੱਗਿਆ ਹੋਇਆ ਮਹਾਂਪੁਰਖ ਹੈ, ਬੜੀ ਕਮਾਈ ਵਾਲਾ ਮਹਾਂਪੁਰਖ ਹੈ। ਬਸ ਇੱਥੇ ਸਾਡੀ ਸਮੱਸਿਆ ਖੜੀ ਹੋਈ ਹੈ। ਗੁਰੂ ਸਾਹਿਬ ਨੇ ਜੀਵਨ ਜਾਚ ਸਿਖਾਈ ਸੀ ਆਪਣੇ ਘਰਾਂ 'ਚੋਂ ਪੜ੍ਹੇ, ਅੱਜ ਅਫਸੋਸ ਇਸ ਗੱਲ ਦਾ ਅੱਜ ਪੜ੍ਹੇ ਲਿਖੇ ਵਰਗ ਨੂੰ ਸਮਝਾਉਣਾ ਪੈ ਰਿਹਾ। ਹੁਣ ਧਿਆਨ ਨਾਲ ਸੁਣਿਓ, ਮੈਂ ਇੱਕ ਬੇਨਤੀ ਕਰ ਲੱਗਾ ਤੁਹਾਡੇ ਸਾਹਮਣੇ। ਇੱਕ ਬਾਪ ਦੇ 4 ਪੁੱਤਰ ਨੇ, ਉਹਨਾਂ 'ਚੋਂ ਇੱਕ ਪੁੱਤਰ 3 ਨੂੰ ਸਮਝਾ ਰਿਹਾ ਆਪਣੇ ਬਾਪ 'ਚ ਆਹ ਗੁਣ ਹੈ, ਆਪਣੇ ਬਾਪ 'ਚ ਆਹ ਗੁਣ ਹੈ, ਅਤੇ ਪੁੱਤਰ ਕਹੀ ਜਾਂਦੇ ਵਾਹ ਵਾਹ। ਫਰਜ਼ ਤਾਂ ਇਹ ਬਣਦਾ ਸੀ ਉਹ ਚਾਰੇ ਪੁੱਤਰ ਦੁਨੀਆਂ ਨੂੰ ਦੱਸਦੇ, ਅੱਜ ਹੁਣ ਆਪਣੇ ਨਾਲ ਕੀ ਹੋ ਰਿਹਾ?
ਗ੍ਰੰਥੀ ਵੀ ਸਿੱਖ, ਪ੍ਰਚਾਰਕ ਵੀ ਸਿੱਖ, ਤੇ ਅੱਗੇ ਬਹਿਣ ਵਾਲੇ ਵੀ ਕਹਿੰਦੇ ਅਸੀਂ ਸਿੱਖ। ਦੱਸ ਕੇ ਨੂੰ ਰਹੇ ਆਪਾਂ ਆਪਣਿਆਂ ਨੂੰ ਦੱਸਣਾ ਤੇ ਅਸੀਂ ਦੁਨੀਆਂ ਨੂੰ ਸੀ ਵੀ ਗੁਰੂ ਸਾਹਿਬ ਦੀ ਬਾਣੀ ਆਹ ਕਹਿੰਦੀ ਹੈ, ਪਰ ਦੱਸੀਏ ਤੇ ਤਾਂ ਜੇ ਸਾਨੂੰ ਖੁਦ ਨੂੰ ਉੱਚੀ ਬੋਲੋ ਜੀ ਪਤਾ ਹੋਵੇ। ਹੁਣ ਇਹ ਪਤਾ ਕਰਨ ਵਾਸਤੇ ਕੀ ਕਰੀਏ, ਪੜ੍ਹਨਾ ਸ਼ੁਰੂ ਕਰੋ, ਘਰਾਂ 'ਚ ਸੋਹਣੀਆਂ ਲਾਇਬ੍ਰੇਰੀਆਂ ਬਣਾਓ, ਘਰਾਂ 'ਚ ਸੋਹਣੀਆਂ ਕਿਤਾਬਾਂ ਰੱਖੋ, ਘਰਾਂ 'ਚ ਮੈਗਜ਼ੀਨ ਰੱਖਣ ਦੀ ਆਦਤ ਪਾਓ। ਜਦੋਂ ਇੰਡੀਆ ਤੋਂ ਆਉਂਦਾ ਹੈ ਨਾ, ਇੱਕ ਸੂਟਕੇਸ ਨਾਲ ਕਿਤਾਬਾਂ ਦਾ ਮੰਗਾਓ, ਘਰਾਂ 'ਚ ਕਿਤਾਬਾਂ ਮੰਗਾਓ, ਘਰਾਂ 'ਚ ਸੋਹਣੀਆਂ ਲੈ। ਆਪਾਂ ਮਰ ਗਏ ਅਤੇ ਬੱਚਿਆਂ ਨੇ ਕਹਿਣਾ ਸਾਡੇ ਘਰ ਪਿਆ ਹੋਏਗਾ, ਕਿਤੇ ਆਉਣ ਵਾਲੀ ਦੂਜੀ ਤੀਜੀ ਪੀੜ੍ਹੀ ਦਾ ਵੀ ਧਿਆਨ ਪੈ ਗਿਆ, ਤਾਂ ਉਹਨਾਂ ਕਹਿਣਾ ਇਹ ਬਾਈਬਲ ਪੜ੍ਹਦੇ ਹੁੰਦੇ ਸੀ। ਤੁਸੀਂ ਵੇਖਿਆ ਹੋਣਾ ਇੱਥੇ ਮੋਟਲਾਂ 'ਚ ਉਹ ਬਾਈਬਲ ਅੰਦਰ ਰੱਖਦੇ ਆ, ਕਾਹਦੇ ਲਈ ਵੀ ਜੇ ਇੱਥੇ ਬੰਦਾ ਵਿਹਲਾ ਤਾਂ ਦਸ ਮਿੰਟ ਕੁਝ ਨਾ ਕੁਝ ਪੜ੍ਹੇਗਾ। ਹੈ ਇਸ ਬੰਨੇ ਹੈ ਸਾਡਾ ਧਿਆਨ, ਅਸੀਂ ਸਾਡੀ ਸੇਵਾ ਕਹਿ ਦਈਏ ਵੀ ਖੀਰ ਜ਼ਰੂਰ ਬਣਨੀ ਚਾਹੀਦੀ ਗੁਰਦੁਆਰੇ ਵਿੱਚ, ਬਦਾਮ ਪਾਉਣੇ, ਮੈਂ ਤਾਂ ਪਨੀਰ ਬਣਾਉਣਾ। ਅਸਾਂ ਘਰ ਅਸੀਂ ਫੈਟ ਵਾਲੀ ਚੀਜ਼ ਵੰਡ ਨਹੀਂ ਦਿੰਦੇ, ਗੁਰਦੁਆਰੇ ਫੈਟ ਵਾਲੀਆਂ ਖਵਾ ਖਵਾ ਮਾਰਨ 'ਤੇ ਤੁਰੇ ਹੋਏ ਹਾਂ ਅਸੀਂ, ਮਾਫ ਕਰਨਾ ਅਸੀਂ ਕਿਹਦੇ ਨੂੰ ਤੁਰ ਪਏ। ਜਦੋਂ ਤੁਹਾਡੇ ਬੱਚਿਆਂ ਨੂੰ ਗੁਰੂ ਸਾਹਿਬ ਦੀ ਬਾਣੀ ਬਾਰੇ ਪਤਾ ਲੱਗ ਗਿਆ, ਬੱਚੇ ਮਾਣ ਮਹਿਸੂਸ ਕਰਨਗੇ ਗੁਰੂ ਸਾਹਿਬ ਨੇ ਕਿੰਨੇ ਸੋਹਣੇ ਤਰੀਕੇ ਨਾਲ, ਕੋਈ ਦੁਨੀਆਂ ਦੀ ਆਉਣ ਵਾਲੀ ਖੋਜ ਗੁਰਬਾਣੀ ਨੂੰ ਝੁਠਲਾ ਨਹੀਂ ਸਕਦੀ, ਇੰਨਾ ਸੋਹਣਾ ਵਿਚਾਰ ਮਹਾਰਾਜ ਨੇ ਬਾਣੀ ਵਿੱਚ ਬਖਸ਼ਿਸ਼ ਕੀਤਾ। ਮੈਂ ਇੱਕ ਉਦਾਹਰਣ ਦੇਣ ਲੱਗਾ, ਤੁਸੀਂ ਇਹ ਤੋਂ ਅੰਦਾਜ਼ਾ ਲਾ ਲਿਓ ਗੁਰੂ ਸਾਹਿਬ ਕਿੰਨੇ ਦੂਰਅੰਦੇਸ਼ੀ ਸੀ। ਗੁਰੂ ਸਾਹਿਬ ਬਿੱਪਰ ਨੂੰ ਕਹਿੰਦੇ ਆ, ਤੂੰ ਦੁਨੀਆਂ ਨੂੰ ਦੱਸਦਾ ਆਹ ਦਿਨ ਚੰਗਾ ਅਤੇ ਆਹ ਦਿਨ ਮਾੜਾ, ਆਹ ਸੂਰਜ ਹੈ ਇਹਨੂੰ ਪਾਣੀ ਦਿਓ, ਬਾਹਰ ਦੀਆਂ ਗੱਲਾਂ ਨਾ ਦੱਸ, ਬੰਦੇ ਨੂੰ ਅੰਦਰ ਦੀ ਗੱਲ ਦੱਸ। ਕਹਿੰਦਾ ਉਹ ਕਿਵੇਂ? ਮਹਾਰਾਜ ਕਹਿੰਦੇ ਭੀਤਰ ਅਗਨ ਅਤੇ ਬਨਸਪਤ ਮੌਲੀ। ਧਿਆਨ ਨਾਲ ਸੁਣਿਓ ਸਾਰੇ ਪੜ੍ਹੇ ਲਿਖੇ ਵੀਰ ਬੈਠੇ, ਨਾਲ ਨਾਲ ਸਕਰੀਨ 'ਤੇ ਦਰਸ਼ਨ ਕਰ ਲਿਓ ਸ਼ਬਦ ਦੇ। ਭੀਤਰ ਅਗਨ ਅਤੇ ਬਨਸਪਤ ਮੌਲੀ, ਭਾਵੇਂ ਦਰਖਤ ਹਰਿਆ ਹੀ ਆ ਪਰ ਉਹਦੇ ਅੰਦਰ ਅੱਗ ਹੈਗੀ ਆ। ਭੀਤਰ ਅਗਨ ਉਹਦੇ ਅਤੇ ਬਨਸਪਤ ਮੌਲੀ। ਅੱਗੇ ਕਿਤੇ ਸਾਗਰ ਪੰਡੇ ਪਾਇਆ, ਇੱਕ ਸਮੁੰਦਰ ਆਪਾਂ ਬਾਹਰ ਕਹਿੰਦੇ ਹਾਂ, ਬੰਦੇ ਦੇ ਅੰਦਰ ਵੀ ਸਾਗਰ ਆ, ਚਮਕਣ ਲੱਗ ਪਈ। ਉਹ ਅੱਜ ਸੁੱਕਣਾ ਸ਼ੁਰੂ ਹੋਈ, ਕੱਲ੍ਹ ਹੋਰ ਸੁੱਕੀ, ਪਰਸੋਂ ਸੁੱਕੀ, ਹਫ਼ਤਾ 15 ਦਿਨਾਂ ਬਾਅਦ ਉਹਨੂੰ ਕੋਈ ਸੜਨ ਨੂੰ ਬਚਾ ਸਕਦਾ? ਕਿਉਂ? ਕਿਉਂਕਿ ਉਹ ਦਰਖਤ ਨਾਲੋਂ ਆਪਣਾ ਲਿੰਗ ਤੋੜ ਚੁੱਕੀ ਹੈ। ਅੱਗ ਉਹਦੇ ਅੰਦਰ, ਅੱਗ ਬਾਕੀਆਂ ਟਾਹਣੀਆਂ 'ਚ ਵੀ ਹੈਗੀ ਆ। ਇੱਦਾਂ ਸਮਝੋ, ਦਰਖਤ ਕੌਣ ਆ? ਆਪਾਂ। ਧਰਤੀ ਕੀ ਆ? ਗੁਰੂ ਦੀ ਸਿੱਖਿਆ। ਜਿਹੜਾ ਦਰਖਤ ਧਰਤੀ ਨਾਲ ਜੁੜਿਆ ਉਹਨੂੰ ਅੱਗ ਸਾੜ ਨਹੀਂ ਸਕਦੀ, ਜਿਹੜਾ ਧਰਤੀ ਨਾਲ ਉਹ ਲਿੰਕ ਤੋੜ ਗਿਆ ਉਹਨੂੰ ਕੋਈ ਸੜਨੋਂ ਬਚਾ ਨਹੀਂ ਸਕਦਾ, ਬਚਾ ਨਹੀਂ ਸਕਦਾ। ਹਰ ਬੰਦੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਅੱਗ ਹੈਗੀ ਆ, ਅੱਗ ਸਾਰਿਆਂ ਅੰਦਰ ਹੈ, ਪਰ ਜਿਹਦਾ ਲਿੰਕ ਗੁਰੂ ਧਰਤੀ ਨਾਲ ਜੁੜ ਗਿਆ ਉਹ ਸੜਨੋਂ ਬਚ ਜੂ, ਜਿਹਨੇ ਲਿੰਕ ਤੋੜ ਲਿਆ ਉਹਨੂੰ ਕੋਈ ਸੜਨੋਂ ਬਚਾ। ਇਹੋ ਅੱਗ ਆ ਜਿਹਨੂੰ ਭਾਈ ਗੁਰਦਾਸ ਨੇ ਆਖਿਆ ਸੀ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਸਿਆਈ, ਬਾਜੋ ਗੁਰੂ ਗੁਬਾਰ ਹੈ ਹਾ ਹਾ ਕਰਦੀ ਸੁਣੀ ਲੁਕਾਈ, ਜਗਤ ਜਲੰਦਾ ਆਪਣੀ ਜਿੱਤ ਦੁਆਰਾ ਤਿੱਤੇ ਹੈ। ਅੱਗ ਹੈ ਕ੍ਰੋਧ ਦੀ, ਅੱਗ ਹੰਕਾਰ ਦੀ ਅੱਗ। ਅੱਜ ਉਹ ਕਰੈਕਟਰ ਕਿੱਥੇ ਚਲਾ ਗਿਆ? ਕਿਉਂ? ਗੁਰੂ ਧਰਤੀ ਨਾਲ ਉਹ ਲਿੰਕ ਤੋੜ ਚੁੱਕਾ ਹੈ। ਸਾਗਰ ਪੰਡੇ ਪਾਇਆ, ਜਿਵੇਂ ਇੱਕ ਸਮੁੰਦਰ ਬਾਹਰ ਹੈ ਆਪਾਂ ਕਹਿੰਦੇ ਹਾਂ, ਅੰਦਰ ਵੀ ਸਮੁੰਦਰ ਹੈ। ਬਾਹਰ ਸਮੁੰਦਰ 'ਚ ਸੁਨਾਮੀਆਂ ਆਉਂਦੀਆਂ ਨੇ, ਲਾਵੇ ਫੁੱਟਦੇ ਨੇ, ਜਪਾਨ 'ਚ ਆਇਆ ਕਿੰਨਾ ਨੁਕਸਾਨ ਹੋਇਆ,
ਕਿੱਦਾਂ ਕਿੱਦਾਂ ਲਾਵੇ ਫੁੱਟਦੇ ਨੇ। ਮਹਾਰਾਜ ਕਹਿੰਦੇ ਬਾਹਰ ਦੀਆਂ ਜਿਹੜੀਆਂ ਸੁਨਾਮੀ ਆ ਰਹੀਆਂ ਉਹ ਮੇਰੇ ਹੱਥ ਵੱਸ ਨਹੀਂ ਹੈ, ਪਰ ਜਿਹੜੀ ਅੰਦਰ ਸੁਨਾਮੀ ਆ ਰਹੀ ਇਹ ਤੇਰੇ ਆਪਣੇ ਹੱਥ ਵੱਸ ਹੈ। ਅੰਦਰ ਵੀ ਸੁਨਾਮੀ ਆਉਂਦੀ ਹੈ ਕਦੋਂ, ਕਿਸੇ ਅੰਦਰ ਲਾਲਚ ਆਵੇ, ਵੱਸ ਦੇ ਪਰਿਵਾਰ ਉੱਜੜ ਜਾਂਦੇ ਹੁੰਦੇ। ਕਿਸੇ ਘਰ 'ਚ ਲਾਲਚ ਦੀ ਸੁਨਾਮੀ ਆਈ, ਸਾਰੇ ਪਰਿਵਾਰ ਨੂੰ ਰੋੜ ਕੇ ਲੈ ਗਏ, ਇੱਕ ਜੀਵ ਨਾ ਬਚਿਆ। ਜਦੋਂ ਕਾਮ ਵਾਸ਼ਨਾਵਾਂ ਦੀ ਸੁਨਾਮੀ ਆਉਂਦੀ ਹੈ, ਟੱਬਰ ਬਰਬਾਦ ਹੁੰਦੇ ਕਿ ਨਹੀਂ ਹੁੰਦੇ। ਸਾਗਰ ਪੰਡੇ ਪਾਇਆ, ਚੰਦ ਸੂਰ ਚੰਦਰਮਾ ਕੀ ਹੈ, ਚੰਦਰਮਾ ਠੰਡਕ ਦਾ ਪ੍ਰਤੀਕ ਹੈ, ਸਹਿਣਸ਼ੀਲਤਾ ਬੰਦੇ ਅੰਦਰ ਚੰਦਰਮਾ ਹੈ। ਸੂਰਜ ਕੀ ਹੈ, ਤੇਜ ਪ੍ਰਤਾਪ, ਆ ਤੇਜ ਪ੍ਰਤਾਪ ਹੀ ਹੈ। ਹਜ਼ਾਰਾਂ ਮੀਲ ਤੁਹਾਡੇ ਤੋਂ ਕੋਈ ਰਿਸ਼ਤੇਦਾਰ ਦੂਰ ਬੈਠਾ ਹੈ, ਲੱਖਾਂ ਮਣ ਲੋਹਾ ਲੈ ਕੇ ਸ਼ਿਪ ਇੱਕ ਕੰਟਰੀ ਤੋਂ ਦੂਜੀ ਕੰਟਰੀ ਜਾ, ਬੜੇ ਬੜੇ ਕੰਟੇਨਰ ਲੱਭੇ ਜਾ ਰਹੇ, ਟਰੱਕ ਟਰੈਕਟਰ, ਕਿੰਨੇ ਕਿੰਨੇ ਕੀਮਤੀ ਸਮਾਨ ਭਾਰੇ ਐ ਪਾਣੀ ਨੂੰ ਚੀਰਦਾ ਹੋਇਆ ਤੁਰਿਆ ਜਾ ਰਿਹਾ ਹੈ। ਇਹ ਬੰਦੇ ਦੇ ਅੰਦਰ ਦੇ ਸੂਰਜ ਦੀ ਗਾੜ ਹੈ। ਬੰਦਿਆ ਕੀਤੀ, ਜੇ ਕਿਤੇ ਇਹ ਤੂੰ ਅੱਧੀ ਵੀ ਅੰਦਰ ਕੀਤੀ ਹੁੰਦੀ ਤੇ ਤੂੰ ਆਪਣੇ ਬੜੇ ਘਰ ਵਿੱਚ ਆਤਮ ਹੱਤਿਆ ਨਾ ਕਰਦਾ, ਤੂੰ ਆਪਣੇ ਬਣੇ ਘਰ ਵਿੱਚ ਆਤਮ ਹੱਤਿਆ ਨਾ ਕਰਦਾ। ਅੱਜ ਹੋ ਰਹੀ ਹੈ ਨਾ, ਘਰ ਦੇ ਵਿੱਚ ਘਰ ਬਣਾਉਂਦਾ ਰਹਿਣ ਲਈ ਆਪਣੇ ਘਰ 'ਚ ਜੀਵਨ ਲੀਲਾ ਸਹਿਣਸ਼ੀਲਤਾ ਘੱਟ ਗਈ। ਮੈਂ ਰਾਤ ਖਬਰ ਪੜ੍ਹ ਰਿਹਾ ਸੀ ਜਿੱਥੇ ਇੱਕ ਲੜਕੀ ਅਤੇ ਲੜਕੇ ਨੇ ਆਪਸ ਵਿੱਚ ਗੋਲੀ ਮਾਰ ਲਈ, ਉਹਨੇ ਫਿਰ ਲੜਕੀ ਨੂੰ ਗੋਲੀ ਮਾਰੀ, ਫਿਰ ਉਹਨੇ ਆਪਣੇ ਆਪ ਨੂੰ ਮਾਰ ਲਈ ਵੀ ਸਾਡਾ ਵਿਆਹ ਨਹੀਂ ਸੀ ਘਰ। ਇਹਨੂੰ ਕਹਿੰਦੇ ਸਾਡੇ ਸਹਿਣਸ਼ੀਲਤਾ ਦੀ ਘਾਟ। ਜਪਜੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ, ਕਿੰਨੀਆਂ ਪੌੜੀਆਂ, 38। ਅਖੀਰਲੀ ਪੌੜੀ ਪੜ੍ਹੋ ਕਿਹੜੀ ਹੈ, ਜੱਤ ਪਹਾਰਾ ਧੀਰਜ। ਬੰਦੇ ਦੇ ਅੰਦਰ ਧੀਰਜ ਸੁਨਿਆਰੇ ਵਰਗਾ ਚਾਹੀਦਾ। ਵੈਸੇ ਤਾਂ ਹਰ ਦੁਕਾਨਦਾਰ ਦੇ ਕੋਲ ਹੀ ਧੀਰਜ ਚਾਹੀਦਾ, ਪਰ ਸੁਨਿਆਰੇ ਕੋਲ ਤਾਂ ਸਭ ਤੋਂ ਜ਼ਿਆਦਾ ਧੀਰਜ ਹੁੰਦਾ। ਉਹਨੂੰ ਕੋਈ ਆਣ ਕੇ ਕਹੇ ਨਾ ਆ ਤੂੰ ਕੜਾ ਗਹਿਣਾ ਕਿੱਦਾਂ ਬਣਾ, ਤਾਂ ਉਹ ਕੌੜੀਆਂ ਕਸੈਰੀਆਂ ਗੱਲਾਂ ਵੀ ਸੁਣਦਾ, ਨਾਲ ਨਾਲ ਗਹਿਣਾ ਵੀ ਘੜੀ ਜਾਂਦਾ। ਉਹ ਗੁੱਸੇ 'ਚ, ਜੇ ਗੁੱਸੇ 'ਚ ਮਾੜਾ ਜਿਹਾ ਆਇਆ ਤਾਂ ਗਹਿਣੇ ਵਾਚ ਗਿਆ। ਜੱਤ ਪਹਾਰਾ ਬੋਲੋ, ਵੇਖੋ ਗੁਰੂ ਨਾਨਕ ਸਾਹਿਬ ਦੀ ਕਿੱਡੀ ਵੱਡੀ ਵਡਿਆਈ। ਦੁਕਾਨਾਂ ਦੁਨੀਆਂ 'ਤੇ ਹੋਰ ਵੀ ਬਹੁਤ ਹੈਗੀਆਂ, ਪਰ ਬੰਦੇ ਦੇ ਜੀਵਨ ਨੂੰ ਘੜਨ ਲਈ ਸੁਨਿਆਰੇ ਦੀ ਦੁਕਾਨ ਦੇ ਨਾਲ ਤੁਲਨਾ ਦਿੱਤੀ। ਪੁੱਛੋ ਕਿਉਂ, ਕਿਉਂਕਿ ਸਾਰੀਆਂ ਦੁਕਾਨਾਂ 'ਤੇ ਤੁਹਾਨੂੰ ਰਸ਼ ਮਿਲ ਜਾਣਾ, ਸੁਨਿਆਰੇ ਦੀ ਦੁਕਾਨ 'ਤੇ ਕਦੀ ਤੁਹਾਨੂੰ ਰਸ਼ ਨਹੀਂ ਮਿਲੂ। ਕਿਉਂ ਭਲਾ, ਕਿਉਂਕਿ ਬਾਕੀ ਸਾਰੀਆਂ ਦੁਕਾਨਾਂ 'ਤੇ ਕੋਈ ਬੰਦਾ ਵੀ ਜਾ ਸਕਦਾ। ਹੁਣ ਮੈਂ ਸਬਜ਼ੀ ਲੈਣ ਜਾਣਾ ਹੋਵੇ, ਜਦੋਂ ਕੋਈ ਚਾਰ ਹੈਗੇ ਉਹਨੇ ਕਹਿਣਾ ਚਲੋ ਗੋਭੀ ਲੈ ਆਓ, ਪਿਆਜ਼ ਲੈ ਆਓ, ਮੂੜੀਆਂ ਲੈ ਆਓ, ਸੁਨਿਆਰੇ ਉੱਤੇ ਸ਼ੁਰੂ ਹੋਏਗੀ। ਅੱਛਾ, ਸਾਰੇ ਦੁਕਾਨਦਾਰ ਝਾੜੂ ਬਾਹਰ ਨੂੰ ਫੇਰਦੇ ਆ, ਸੁਨਿਆਰਾ ਅੰਦਰ ਨੂੰ ਫੇਰਦਾ। ਉਹਨੂੰ ਪਤਾ ਮੇਰੇ ਝਾੜੂ 'ਚ ਵੀ ਜੇ ਕਿਤੇ ਕੂੜੇ 'ਚ ਵੀ ਕਿਣਕਾ ਕਿਤੇ ਖਿਲ ਰਿਹਾ ਹੋਇਆ ਤਾਂ ਉਹ ਵੀ ਕੀਮਤੀ ਆ। ਬੰਦੇ ਦਾ ਜੀਵਨ ਕੀਮਤੀ ਸੀ, ਬਹੁਤ ਮਹਿੰਗਾ ਸੀ, ਇਹਨੂੰ ਘੜਨ ਲਈ ਮਹਾਰਾਜ ਨੇ ਸੁਨਿਆਰੇ ਦੀ ਦੁਕਾਨ ਦੀ ਉਧਾਰ ਦਿੱਤੀ। ਜੱਤ ਪਹਾਰਾ ਧੀਰਜ ਅਹਿਰਣ ਮਤ ਵੇਦ ਹਥਿਆਰ। ਵੇਦ ਦੇ ਉੱਤੇ ਦੱਦੇ ਨੂੰ ਔਂਕੜ ਹੈ, ਜਿਹਦਾ ਅਰਥ ਹੈ ਗਿਆਨ। ਗਿਆਨ ਨੂੰ ਹਥੌੜਾ ਬਣਾ ਲਾ, ਜਿਹਦੇ ਨਾਲ ਹਵਾ ਬਾਲ ਕੇ ਫੂਕ ਮਾਰ ਕੇ ਉਹ ਅੱਗ ਬਣਦਾ ਹੈ। ਦਸਾਂ ਨੋਹਾਂ ਦੀ ਕਮਾਈ ਨੂੰ ਅੱਗ ਬਣਾ ਲਾ ਅਤੇ ਭਾਂਡਾ ਭਾਓ, ਪ੍ਰੇਮ ਨੂੰ ਭਾਂਡਾ ਬਣਾ ਲਾ, ਅੰਮ੍ਰਿਤ ਅਤੇ ਤਤਾਲ ਅਤੇ ਘੜੀ ਹੈ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਅਤੇ ਨਕਾਰ, ਨਾਨਕ ਨਦਰੀ ਨਦਰ ਨਿਹਾਲ। ਤੂੰ ਕਿੰਨੇ ਕੀਮਤੀ ਬਚਨ, ਇਹ ਉਹ ਬਚਨ ਆ ਜਿਹੜੇ ਹੁਣ ਮੈਂ ਆਰੰਭ ਕਿੱਥੋਂ ਸ਼ੁਰੂ ਕੀਤਾ ਸੀ, ਕਿੱਥੋਂ ਗੱਲ ਆਰੰਭ ਕੀਤੀ ਸੀ ਵੀ ਉਹ ਮੈਂ ਇੰਨੇ ਗੱਲਾਂ ਸਮਝਾਈਆਂ, ਉਹ ਸੁਣਦੀ ਨਹੀਂ, ਉਹ ਬਦਲਦੀ ਨਹੀਂ, ਉਹ ਬਦਲਦਾ ਨਹੀਂ, ਦੁਨੀਆਂ ਨੇ ਬਦਲਣਾ ਹੀ ਨਹੀਂ।
ਕਿਸੇ ਨੂੰ ਕੋਈ ਬਦਲ ਨਹੀਂ ਸਕਦਾ, ਅਸੀਂ ਆਪਣੇ ਆਪ ਨੂੰ ਆਪ ਬਦਲਣਾ। ਬਾਣੀ ਕਹਿੰਦੀ ਆਪਣੇ ਆਪ ਸਵਾਰੇ। ਹੁਣ ਸੌਖੀ ਉਦਾਹਰਨ ਦੇਵਾਂ ਜੀ, ਸੁਣਿਓ। ਤੁਹਾਨੂੰ ਸਵੇਰੇ 8 ਵਜੇ ਕਿਸੇ ਦਾ ਫੋਨ ਆਉਂਦਾ ਜੀ, ਅਸੀਂ ਪਰਿਵਾਰ ਸਮੇਤ ਤੁਹਾਨੂੰ ਮਿਲਣ ਆ ਰਹੇ ਹਾਂ। ਲੰਘ ਰਿਹਾ ਸੀ ਤੁਹਾਡੇ ਕੋਲੋਂ, ਅਸੀਂ ਪਲੈਨਿੰਗ ਹੈ ਨਹੀਂ ਸੀ ਆਉਣ ਦੀ ਤੁਹਾਡੇ ਕੋਲ, ਪਰ ਬਣ ਗਿਆ ਪ੍ਰੋਗ ਤੁਹਾਡੇ ਕੋਲ, ਅਸੀਂ ਆ ਰਹੇ ਹਾਂ। ਆਇਆ ਵੀ ਸਵੇਰੇ, ਕਿੰਨੇ ਚਿਰ ਜਾ ਰਹੇ ਹਾਂ, 1 ਘੰਟੇ ਤੱਕ। ਘਰ 'ਚ ਖਲਾਰਾ ਪਿਆ, ਪੁੱਛ ਲਿਆ ਕੀ ਕਰਨਾ ਜੀ, ਉਹਨਾਂ ਕਿ ਜੀ ਬ੍ਰੇਕਫਾਸਟ ਕਰਾਂਗੇ। ਸਭ ਤੋਂ ਪਹਿਲਾਂ ਬੰਦਾ ਕਿਹੜਾ ਕੰਮ ਕਰੇਗਾ ਭਲਾ ਘਰ 'ਚ, ਬੋਲੋ ਵੇਲੋ। ਇਹ ਤੁਸੀਂ ਕਿਹਾ, ਮੈਂ ਤਾਂ ਨਹੀਂ ਕਿਹਾ ਤੁਹਾਨੂੰ, ਵੀ ਜਿਹੜਾ ਘਰ 'ਚ ਖਲਾਰਾ ਪਿਆ ਚੱਕ ਲਓ, ਦਬਦਬ ਬੈੱਡ ਸ਼ੀਟ ਚੇਂਜ ਕਰ ਦਿਉ, ਸੋਫੇ ਸਾਫ਼ ਕਰ ਦਿਉ, ਆ ਜੋ ਖਿਲ ਰਿਹਾ ਸਮਾਨ ਚੱਕ ਦਿਉ। ਅੱਛਾ, ਰਿਸ਼ਤੇਦਾਰ ਆਏ, ਦੋਸਤ ਆਇਆ, ਉਹਨੂੰ ਨਾਸ਼ਤਾ ਬ੍ਰੇਕਫਾਸਟ ਕੀਤਾ, ਉਹ ਆਏ ਸਾਡੇ ਕੋਲ 9:30 ਆਏ, 11 ਵਜੇ ਤੱਕ ਚਲੇ ਗਏ, ਉਹ ਚਲੇ ਗਏ। ਦੱਸੋ, ਉਹਨਾਂ ਦੇ ਬਹਾਨੇ ਅਸੀਂ ਆਪਣੇ ਘਰ ਦੀ ਸਫਾਈ ਕੀਤੀ, ਅਸੀਂ ਰਿਸ਼ਤੇਦਾਰਾਂ ਦਾ ਕੁਝ ਸਵਾਰਿਆ? ਬੋਲੋ ਜੀ। ਤੇ ਇਹੋ ਹੀ ਬਾਣੀ ਕਹਿੰਦੀ ਆ ਵੀ ਜੇ ਤੂੰ ਬਾਣੀ ਪੜ੍ਹ ਕੇ ਆਪਣੀਆਂ ਬੁਰਾਈਆਂ, ਕਹਿੰਦੀ ਤੁਧ ਨੂੰ ਸੇਵ ਹੈ ਤੁਝ ਪਿਆ ਦੇਵ ਹੈ, ਮੈਂ ਤੈਨੂੰ ਸੇਵ ਕੇ ਤੇਰਾ ਨਾਮ ਜਪ ਕੇ ਤੇਰੀ ਬਾਣੀ ਪੜ੍ਹ ਕੇ ਤੈਨੂੰ ਤੇ ਕੁਝ ਵੀ ਨਹੀਂ ਦੇ ਰਿਹਾ, ਉਲਟਾ ਮੰਗ ਹੈ ਲੇਵ ਹੈ ਰਹੇ ਨਹੀਂ, ਉਲਟਾ ਤੇ ਮੈਂ ਮੰਗਦਾ ਤੇਰੇ ਕੋਲੋਂ। ਕੋਈ ਸਟੂਡੈਂਟ ਪੜ੍ਹਦਾ ਉਹ ਟੀਚਰ ਦਾ ਕੁਝ ਸਵਾਰਦਾ? ਬੋਲੋ ਸਾਹਿਬ ਪਿਆਰੇ, ਉਹ ਤੇ ਆਪਣੇ ਆਪ ਨੂੰ ਸਵਾਰ ਰਿਹਾ। ਤੂੰ ਸਵਾਰ ਕੇ ਉਲਟਾ ਟੀਚਰ ਸਰ ਅਹਿਸਾਨ ਕਰੇ, ਵੇਖੋ ਜੀ ਸੱਚਾ ਬਣ ਸਕੇ। ਜਦੋਂ ਤੂੰ ਸੱਚਾ ਬਣ ਗਿਆ ਫਿਰ ਆਹ ਹੋਏਗਾ, ਕੀ ਹੋਏਗਾ, ਅੰਤਰ ਵਸੈ, ਤੇਰਾ ਮਨ ਅੰਦਰ ਨੂੰ ਜਾਊਗਾ। ਫਿਰ ਤੇਰਾ ਇੱਦਾਂ ਜਦੋਂ ਤੂੰ ਕਿਸੇ ਨੂੰ ਉਂਗਲ ਕਰੇਗਾ ਨਾ, ਤਿੰਨ ਉਂਗਲਾਂ ਤੈਨੂੰ ਕਹਿਣੀਆਂ ਨੇ, ਤੂੰ ਆਪਣੇ ਆਪ ਨੂੰ ਬਦਲ, ਅੰਤਰ ਵਸੈ ਨਾ ਬਾਹਰ ਜਾਏ। ਫਿਰ ਤੇਰਾ ਮਨ ਆਪਣੇ ਅੰਦਰੋਂ ਅੰਮ੍ਰਿਤ ਖਾਏਗਾ, ਅੰਮ੍ਰਿਤ ਛੋੜ ਕਾਹੇ ਵਿਖਾਏ। ਸਾਡੇ ਅੰਦਰ ਜ਼ਹਿਰ ਵੀ ਹੈਗਾ ਅਤੇ ਸਾਡੇ ਅੰਦਰ ਅੰਮ੍ਰਿਤ ਵੀ ਹੈਗਾ, ਕੀ ਖਾਣਾ ਇਹ ਮਰਜ਼ੀ ਸਾਡੀ। ਇੰਟਰਨੈਟ ਹੈ ਨਾ, ਇੰਟਰਨੈਟ ਦੇ ਵਿੱਚ ਜ਼ਹਿਰ ਵੀ ਆ ਅਤੇ ਅੰਮ੍ਰਿਤ ਵੀ ਆ, ਵੱਖ ਵੱਖ ਸਾਈਟਾਂ ਨੇ, ਕਿਸੇ ਸਾਈਟ 'ਤੇ ਅੰਮ੍ਰਿਤ ਭਰਿਆ ਪਿਆ, ਕਿਸੇ ਸਾਈਟ 'ਤੇ ਜ਼ਹਿਰ ਭਰਿਆ ਪਿਆ। ਬੱਚੇ ਨੂੰ ਬਿਠਾ ਦਿਓ ਇੱਦਾਂ, ਉਹਨੂੰ ਕਹੋ ਪੁੱਤ ਅੰਮ੍ਰਿਤ ਵੀ ਹੈਗਾ ਜ਼ਹਿਰ ਵੀ ਹੈਗਾ ਜੀ, ਚੋਣ ਤੇਰੀ ਹੈ। ਅੰਮ੍ਰਿਤ ਪੀਏਗਾ ਜੀਵਨ ਸੋਹਣਾ ਬਣੇਗਾ, ਜ਼ਹਿਰ ਪੀਏਗਾ ਜ਼ਿੰਦਗੀ ਤਬਾਹ ਕਰ ਪਵੇਗਾ। ਰਾਖੀ ਤੁਸੀਂ ਕਰ ਨਹੀਂ ਸਕਦੇ, ਇੱਕ ਵਾਰੀ ਸਮਝਾ ਦਿਓ, ਜ਼ਿੰਦਗੀ 'ਚ ਬੱਚਾ ਜ਼ਹਿਰ ਵਾਲੇ ਬੰਨੇ ਮੂੰਹ ਨਹੀਂ ਕਰੇਗਾ। ਜਦੋਂ ਤੁਸੀਂ ਰਾਖੀ, ਹੁਣ ਕਈ ਬੰਦੇ ਨਾ ਜਿਹੜਾ ਬੰਦਾ ਨਸ਼ਾ ਕਰਦਾ ਉਹਦੀ ਰਾਖੀ ਕਰਨਗੇ, ਰਾਖੀਆਂ ਨਾਲ ਕੋਈ ਵੀ ਨਸ਼ੇ ਦੀ ਗੰਦੀ ਆਦਤ ਨਹੀਂ ਛੱਡਦਾ। ਉਹਨੇ ਉੱਦਣ ਨਸ਼ਾ ਛੱਡਣਾ ਜਦੋਂ ਉਹਨੇ ਖੁਦ ਅੰਮ੍ਰਿਤ ਛੋੜ, ਫਿਰ ਉਹ ਅੰਮ੍ਰਿਤ ਨੂੰ ਛੱਡ ਕੇ ਕਾਹੇ ਕਾਹੇ ਕੁਐਸਚਨ ਮਾਰਕ ਹੈ, ਉਹ ਕਿਉਂ ਯਾਰ ਖਾਊ? ਜਿਹਨੂੰ ਸਮਝ ਆ ਗਈ ਜਿਹੜਾ ਸੱਚ ਦਾ ਸੇਵਕ ਬਣ ਗਿਆ, ਉਹ ਕਿਉਂ ਯਾਰ ਖਾਊ? ਉਹ ਨਹੀਂ ਖਾਏਗਾ, ਉਹਨੇ ਕਹਿਣਾ ਨਾ ਭਾਈ, ਮੈਨੂੰ ਹੁਣ ਪਤਾ ਲੱਗ ਗਿਆ ਯਾਰ ਦੇ ਆਹ ਨੁਕਸਾਨ ਆ, ਅੰਮ੍ਰਿਤ ਦੇ ਆਹ ਫਾਇਦੇ ਨੇ। ਸਭ ਕੋਈ ਰਵੇ ਜ਼ਬਾਨੀ ਕਲਾਮੀ ਗਿਆਨ ਧਿਆਨ ਦੀਆਂ ਸਾਰੇ ਬੜੀਆਂ ਗੱਲਾਂ ਕਰਦੇ ਨੇ, ਏਦਾਂ ਨਹੀਂ ਕਰਨਗੇ ਕਿ ਲਾਲਚ ਨੇ ਦੁਨੀਆਂ ਤਬਾਹ ਕਰਤੀ, ਕੜਾ ਆਪ ਆਇਆ ਹੁੰਦਾ ਮੰਗਣੀ ਵੇਲੇ। ਕਈ ਨਾ ਮਿਲਣੀ ਵੇਲੇ ਗਾਂਹ ਉਂਗਲ ਕਰਨਗੇ, ਇੱਦਾਂ ਵੀ ਮੁੰਦਰੀ ਪਾ ਦਿਓ, ਨਾ ਵੀ ਪਾਉਣ ਤਾਂ ਤਰੀਕੇ ਨਾਲ ਪਾਉਣਗੇ, ਉਹ ਤਾਂ ਲਾਲਚ ਨੇ ਦੁਨੀਆਂ ਨੂੰ ਤਬਾਹ ਕਰਤੀ। ਉਹ ਭਾਈ ਗਿਆਨ ਧਿਆਨ, ਬੋਲੋ ਭਾਈ, ਮੈਨੂੰ ਪਤਾ ਤੁਹਾਡੇ 'ਚ ਇੱਦਾਂ ਦਾ ਕੋਈ ਨਹੀਂ ਬੈਠਾ, ਤੇ ਕਥਾ ਦੂਜਿਆਂ ਲਈ ਹੈ। ਗਿਆਨ ਧਿਆਨ ਸਭ ਕੋਈ, ਗਿਆਨ ਧਿਆਨ, ਅੱਛਾ ਕਿਹਨੂੰ ਨਹੀਂ ਪਤਾ ਜੀ ਨਸ਼ਾ ਕੋਈ ਯਾਰ ਹੈ? ਬਾਣੀ ਐਵੇਂ ਥੋੜ੍ਹਾ ਆਖਿਆ ਸੀ, ਅਮਲ ਪ੍ਰਸ਼ਾਦੇ ਦਾ ਕਰਨਾ, ਅਮਲ ਪ੍ਰਸ਼ਾਦੇ ਦਾ, ਯਾਰ ਤੇ ਇੱਥੋਂ ਸ਼ੁਰੂਆਤ ਹੋਣੀ ਹੈ, ਹੌਲੀ ਹੌਲੀ ਤੂੰ ਯਾਰ ਵਾਲੇ ਬੰਨੇ ਤੁਰ ਪੈਣਾ। ਅਤੇ ਕਈ ਇਹ ਵੇਖੋ ਸਾਡੇ ਜਿਹੜੇ ਨਸ਼ਾ ਕਰਨ ਵਾਲੇ ਦੇ ਬਹਾਨੇ ਬੜੇ ਕਮਾਲ ਦੇ,
ਕੋਈ ਕਹਿੰਦਾ ਜੇ ਖੁਸ਼ੀ ਹੈ ਤਾਂ ਪੀਣਾ, ਕੋਈ ਕਹਿੰਦਾ ਮੈਨੂੰ ਟੈਨਸ਼ਨ ਵਧੀ ਹੈ। ਕਈਆਂ ਨੂੰ ਹੁਣ ਜੇ ਟੈਨਸ਼ਨ, ਜੇ ਟੈਨਸ਼ਨ ਖੁਸ਼ੀ ਦੀ ਗੱਲ ਕਰੋਗੇ ਤਾਂ ਪਰਿਵਾਰ ਦੇ ਬਾਕੀ ਜੀਆਂ ਨੂੰ ਵੀ ਟੈਨਸ਼ਨ ਹੈ, ਉਹਨਾਂ ਬਾਰੇ ਕੀ ਖਿਆਲ। ਇਸ ਕਰਕੇ ਆਓ ਭਾਈ, ਸਾਨੂੰ ਬੜਾ ਕਮਾਲ ਦਾ ਕਲਚਰ ਦਿੱਤਾ ਸੀ, ਬੜੀ ਕਮਾਲ ਦੀ ਸਾਡੀ ਸੱਭਿਅਤਾ ਹੈ ਜਿਹੜਾ ਸਾਨੂੰ ਜੀਵਨ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਮੈਂ ਵਿਸ਼ਵਾਸ ਨਾਲ ਕਹਿੰਦਾ, ਜਿਹੜੇ ਸਾਡੇ ਬਹਾਨੇ ਆ ਨਾ ਵੀ ਸਾਡੀਆਂ ਧੀਆਂ ਨੂੰ ਸਿੱਖ ਪਰਿਵਾਰਾਂ ਦੇ ਲੜਕੇ ਪਸੰਦ ਨੇ, ਉਹਦੇ ਵਿੱਚ ਮੈਂ ਕਿਤੇ ਨਾ ਕਿਤੇ ਆਪਣੀ ਨਲਾਇਕੀ ਸਮਝਦਾ ਕਿ ਅਸੀਂ ਸਿੱਖੀ ਦੇ ਬੇਸਿਕ ਅਸੂਲ ਆਪਣੇ ਪੁੱਤਰਾਂ ਧੀਆਂ ਨੂੰ ਨਾ ਦੱਸੇ ਨੇ ਅਤੇ ਨਾ ਜੀਓ ਨੇ। ਇਸ ਕਰਕੇ ਸਾਡੇ ਬੱਚੇ ਉਚਾਟ ਹੋ ਗਏ, ਬੱਚੇ ਸਿੱਖੀ ਤੋਂ ਬਾਗੀ ਨਹੀਂ, ਸਿੱਖੀ ਦੇ ਨਾਂ ਦੇ ਨਾਲ ਜੁੜੇ ਹੋਏ ਪਖੰਡ ਤੋਂ ਬਾਗੀ ਹੋ ਗਏ। ਸਿੱਖੀ ਤਾਂ ਪਿਆਰੀ ਬੜੀ ਸੀ, ਇਹ ਤਾਂ ਡਾਕਟਰ ਬਣੇ, ਇੰਜੀਨੀਅਰ ਬਣੇ, ਪਾਇਲਟ ਬਣੇ। ਜਦੋਂ ਬੱਚਾ ਸਾਡਾ ਇੱਦਾਂ ਜਾ ਕੇ ਬੈਠੇਗਾ, ਅਗਲੇ ਮਾਣ ਮਹਿਸੂਸ ਕਰਨ, ਉਹਦੇ ਰਾਂਚੀ ਲਾਇਆ, ਸਿਲੀਗੁੜੀ ਲਾਇਆ, ਵੱਖ ਵੱਖ ਥਾਵਾਂ 'ਤੇ ਕੈਂਪ ਲਾਉਂਦੇ। ਉੱਥੇ ਸਰਦਾਰ ਸੁਖਪਾਲ ਸਿੰਘ ਫੌਜ ਵਿੱਚ ਜਿਹੜੇ ਕਰਨਲ ਦੀ ਜੌਬ ਕਰਦੇ ਸਨ, ਅਤੇ ਉਹਨਾਂ ਨੇ ਨਾਲ ਉਹਨਾਂ ਦੇ ਬੋਡੀਗਾਰਡ ਸਿਪਾਹੀ, ਜਦੋਂ ਉਹਨਾਂ ਨੇ ਆਉਣਾ ਅਤੇ ਆਣ ਕੇ ਉਹਨਾਂ ਬੱਚਿਆਂ ਦੀ ਕਲਾਸ 'ਚ ਬਹਿ ਜਾਣਾ। ਅਸੀਂ ਬੜੇ ਹੈਰਾਨ ਹੋਣਾ ਵੀ ਕਿੰਨੀ 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 ਵਧੀਆ ਸੋਚ ਹੈ ਇਨਸਾਨ ਦੀ। ਅਸੀਂ ਕੋਲ ਗਏ ਹਾਂ ਕਰਨਲ ਸਾਹਿਬ, ਤੁਸੀਂ ਇੱਧਰ ਆ ਜਾਓ। ਕਹਿੰਦੇ ਜੀ ਮੈਂ ਸਿੱਖਣ ਆਉਣਾ ਇੱਥੇ, ਇੱਥੇ ਜਦੋਂ ਮੈਂ ਅੰਦਰ ਆ ਜਾਣਾ ਨਾ ਉਦੋਂ ਮੈਂ ਕਰਨਲ ਨਹੀਂ ਹਾਂ, ਮੈਂ ਸਿੱਖਣ ਆਉਣਾ। ਉਹਨਾਂ ਨੂੰ ਕਿਹਾ ਜੀ ਇੱਕ ਦਿਨ ਤੁਸੀਂ ਵੀ ਬੱਚਿਆਂ ਨੂੰ ਕੁਝ ਸੰਬੋਧਨ ਕਰੋ। ਐਂ ਸਾਬਤ ਸੂਰਤ ਸੋਹਣੀ ਦਸਤਾਰ ਸਜਾਈ। ਕੰਮ ਬੋਂਬੇ ਜਾਣਾ ਸੀ, ਬੋਂਬੇ ਮੈਨੂੰ ਫੌਜ ਦੇ ਕਿਸੇ ਕੰਮ ਲਈ 10 ਦਿਨ ਉਸੇ ਰੁਕਣਾ ਪਿਆ। ਕਹਿੰਦੇ ਉੱਥੇ ਇੱਕ ਸਾਬਤ ਸੂਰਤ ਸਿੱਖ ਬੱਚਾ, ਬਹੁਤ ਉੱਚੇ ਅਹੁਦੇ 'ਤੇ ਇੱਕ ਅਫਸਰ ਲੱਗਾ, ਜਿਹਦੇ ਨਾਲ 10 ਦਿਨ ਮੈਨੂੰ ਉੱਠਣ ਬੈਠਣ ਖਾਣ ਪੀਣ ਦਾ ਮੌਕਾ ਮਿਲਿਆ। ਕਹਿੰਦੇ ਮੈਂ ਪ੍ਰਭਾਵਿਤ ਹੋਣੋਂ ਰਹਿ ਨਹੀਂ ਸਕਿਆ। ਅਤੇ ਮੈਂ ਇੱਕ ਦਿਨ ਪੁੱਛਿਆ, ਮੈਂ ਕਿਹਾ ਪੁੱਤਰ ਇਸ ਸਮੇਂ ਵਿੱਚ ਇੱਦਾਂ ਦੇ ਬੱਚੇ ਲੱਭਣੇ ਬੜੇ ਮੁਸ਼ਕਲ ਨੇ, ਇਹ ਸਾਰਾ ਕੁਝ ਕਿੱਥੋਂ ਸਿੱਖਿਆ? ਅਤੇ ਉਸ ਬੱਚੇ ਦਾ ਇੱਕੋ ਜਵਾਬ ਸੀ, ਕਹਿੰਦਾ ਜੀ ਮਾਂ ਕੋਲੋਂ। ਕੋਈ ਗੱਲ ਮੇਰੇ ਕੰਨਾਂ 'ਚ ਪਾਈ ਗਈ ਬਸ। ਕਰਨਲ ਸਾਹਿਬ ਕਹਿੰਦੇ ਕੀ, ਇੱਕੋ ਹੀ ਕਹਿਣਾ ਉਹਨੇ, ਪੁੱਤ ਲੋਕਾਂ ਦੀਆਂ ਮਾਵਾਂ ਦੀ ਤਮੰਨਾ ਹੁੰਦੀ ਹੈ, ਪੁੱਤ ਵੱਡਾ ਹੋ ਕੇ ਪੈਸੇ ਕਮਾਏ, ਵੱਡਾ ਘਰ ਬਣਾਵੇ, ਮੈਨੂੰ ਸੁੱਖ ਸਹੂਲਤਾਂ ਮਿਲਣ। ਪੁੱਤਰਾ ਮੇਰੀ ਕੋਈ ਮੰਗ ਨਹੀਂ, ਮੇਰੀ ਇੱਕੋ ਹੀ ਮੰਗ ਹੈ ਕਿ ਤੂੰ ਉਹ ਇਨਸਾਨ ਬਣ ਜਾ ਜਿਹੜੇ ਇਨਸਾਨ ਨੂੰ ਬਣਾਉਣ ਲਈ ਗੁਰੂ ਨਾਨਕ ਸਾਹਿਬ ਨੇ ਏਡਾ ਵੱਡਾ ਬਾਣੀ ਦਾ ਖਜ਼ਾਨਾ ਰਚਿਆ। ਕਹਿੰਦਾ ਕਰਨਲ ਸਾਹਿਬ ਮੈਂ ਆਪਣੀ ਮਾਂ ਦੀ ਗੱਲ ਬਹੁਤੇ ਧਿਆਨ ਨਾਲ ਸੁਣ ਲਈ, ਅਤੇ ਹਰ ਬੱਚੇ ਦੀ ਤਮੰਨਾ ਹੁੰਦੀ ਹੈ ਕਿ ਮੈਂ ਆਪਣੇ ਮਾਂ ਬਾਪ ਦੀ ਇਹ ਗੱਲਾਂ ਜੀ ਕਰਦੇ ਆ, ਪਰ ਬੰਧਨ ਬੰਧ ਆ। ਹਾਂ, ਬੰਧਨਾਂ 'ਚ ਬੱਧਾ ਹੋਇਆ ਸਾਰਾ ਜਾਗੀ ਭਉ ਰਿਹਾ, ਸੇਵਾ ਕਰੇ ਸੱਚਾਕਰ ਹੋਏ। ਜਿਹੜਾ ਸੱਚ ਦਾ ਸੇਵਕ ਬਣ ਗਿਆ ਉਹ ਹੀ ਅਸਲੀ ਸੇਵਾ ਕਰ ਪਾਏਗਾ। ਉਹਨੂੰ ਫਿਰ ਇੱਦਾਂ ਸਮਝ ਆਉਂਦੀ ਰੱਬ ਦੀ, ਕਹਿੰਦਾ ਜਲ ਥਲ ਮਈਲ ਰਵ ਰਹਿਆ ਸੋਏ, ਪਰਮਾਤਮਾ ਇੱਕ ਥਾਂ ਨਹੀਂ ਬੈਠਾ, ਉਹ ਹਰ ਥਾਂ 'ਤੇ ਸਾਡੇ ਨਾਲ ਆ, ਕਦੇ ਵੀ ਅਸੀਂ ਇਕੱਲੇ ਨਹੀਂ ਹੁੰਦੇ। ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤਨਾ ਭਾਲ। ਇਹ ਮਨ ਪਿਆਰਿਆ ਤੂੰ ਸਦਾ ਰਹੁ ਹਰ ਹਰ ਨਾਲ ਰਹੋ, ਤੂੰ ਮਨ ਮੇਰੇ ਦੂਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸੋ ਕਿਉਂ ਮਨੋ ਵਿਸਾਰੇ, ਮਨ ਨੂੰ ਕਿਹਾ ਸੱਚ ਨੂੰ ਕਿਉਂ ਭੁਲਾਉਣਾ। ਅਤੇ ਅਖੀਰ 'ਤੇ ਕਹਿੰਦੇ ਹਮ ਨਹੀਂ ਚੰਗੇ, ਹਮ ਦਾ ਅਰਥ ਤੇ ਹਉਮੇ ਹੈ। ਜਿਹਨੂੰ ਇਹ ਸਮਝਿਆ ਸੱਚ ਦਾ ਸੇਵਕ ਬਣ ਗਿਆ, ਉਹਨੂੰ ਪਤਾ ਲੱਗ ਗਿਆ ਹਉਮੇ ਸਿੱਖਣ ਨਹੀਂ ਦਿੰਦੀ। ਈਗੋ ਪ੍ਰੋਬਲਮ ਜਿਹੜੀ ਬੰਦੇ ਨੂੰ ਗੁਣ ਲੈਣ ਨਹੀਂ ਦਿੰਦੀ। ਕਈ ਵਾਰੀ ਤੁਹਾਡੀ ਧੀ ਤੁਹਾਡੇ ਨਾਲੋਂ ਵੀ ਸਿਆਣੀ ਗੱਲ ਕਰਦੀ ਹੈ, ਘਰ 'ਚ ਆਈ ਨੂੰਹ ਕਈ ਵਾਰੀ ਸਾਰੇ ਪਰਿਵਾਰ ਨਾਲੋਂ ਸਿਆਣੀ ਗੱਲ ਕਰਦੀ ਹੈ, ਕਈ ਵਾਰੀ ਸਾਡੇ ਘਰ 'ਚ ਪੈਦਾ ਹੋਇਆ ਪੋਤਰਾ ਦਾਦੇ ਨਾਲੋਂ ਵੀ ਸਿਆਣੀ ਗੱਲ ਕਰਦਾ ਹੈ। ਸਿੱਖਿਆ ਲੈ ਕੇ ਉਹ ਤਰ ਜਾਂਦਾ, ਬਚ ਜਾਂਦਾ ਕਾਹਦੇ ਤੋਂ? ਬੁਰਿਆਂ ਕੰਮਾਂ ਤੋਂ, ਬੁਰੀਆਂ ਆਦਤਾਂ ਤੋਂ। ਇਹ ਨਦੀਆਂ ਨੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਬੰਦੇ ਦੇ ਅੰਦਰ 4 ਨਦੀਆਂ ਵਹਿ ਰਹੀਆਂ, ਹੰਸ ਹੰਸ ਦਾ ਅਰਥ ਕੀ ਹਿੰਸਾ, ਨਿਰਦਈ ਹੋ ਜਾਣਾ,
ਹੇਤ ਮੋਹ ਲੋਭ ਲਾਲਚ ਕੋਪ ਕ੍ਰੋਧ ਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕਾ ਜਿਹੜੇ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਮਹਾਰਾਜ ਕੀ ਲੁੱਟਦੇ ਆ ਕਹਿੰਦੇ ਅੰਮ੍ਰਿਤ ਲੁੱਟੇ ਤੇਰਾ ਅੰਮ੍ਰਿਤ ਲੁੱਟ ਕੇ ਲੈ ਗਿਆ ਤੇਰੇ ਅੰਦਰ ਯਹਿਰ ਹੀ ਤੇ ਰਹਿ ਗਿਆ ਯਹਿਰ ਹੋਣ ਕਰਕੇ ਤੈਨੂੰ ਵਸਣਾ ਨਹੀਂ ਆ ਰਿਹਾ ਅੰਮ੍ਰਿਤ ਲੁੱਟੇ ਮਨ ਮੁੱਖ ਨੇ ਬੁੱਝੇ ਅੱਗੇ ਪਾਤਸ਼ਾਹ ਕਹਿੰਦੇ ਕੋਈ ਨਾ ਸੁਣੇ ਪੁਕਾਰਾ ਉਹ ਭਲਿਆ ਤੂੰ ਤੇ ਰੌਲਾ ਵੀ ਘਰ ਚ ਚਾਰ ਤੋਲੇ ਸੋਨਾ ਚੋਰ ਚੋਰੀ ਕਰਕੇ ਲੈ ਗਿਆ ਤੂੰ ਰੌਲਾ ਪਾਇਆ ਲੁੱਟਿਆ ਗਿਆ ਮੇਰਾ ਘਰ ਤਬਾਹ ਹੋ ਗਿਆ ਤੂੰ ਤੇ ਇੱਥੇ ਰੌਲਾ ਵੀ ਨਹੀਂ ਪਾਇਆ ਤੂੰ ਤੇ ਦੱਸਿਆ ਵੀ ਨਹੀਂ ਕਿਸੇ ਨੂੰ ਵੀ ਮੇਰੇ ਘਰੋਂ ਅੰਮ੍ਰਿਤ ਲੈ ਗਏ ਪੰਜ ਵਿਕਾਰ ਮੇਰੇ ਅੰਦਰ ਯਹਿਰ ਹੀ ਰਹਿ ਗਿਆ ਇਸੇ ਯਹਿਰ ਕਰਕੇ ਅੱਜ ਸਾਨੂੰ ਪਰਿਵਾਰਾਂ 'ਚ ਵਸਣਾ ਨਹੀਂ ਆ ਰਿਹਾ ਆਓ ਸਾਧ ਸੰਗਤ ਅੰਮ੍ਰਿਤ ਜੀਵਨ 'ਚ ਬਾਹਰੋਂ ਲਿਆਉਣ ਦੀ ਲੋੜ ਨਹੀਂ ਅੰਦਰ ਤੁਹਾਡੇ ਅੰਮ੍ਰਿਤ ਹੈ ਸੌਖੀ ਉਦਾਹਰਨ ਦੇ ਕੇ ਤੁਹਾਡੇ ਕੋਲੋਂ ਖਿਮਾ ਮੰਗਾਂ ਪਿੰਡਾਂ ਵਿੱਚ ਵੇਖਿਆ ਜਦੋਂ ਟਿਊਬਵੈੱਲ ਲਾਉਣ ਆਉਂਦੇ ਸੀ ਸਾਰੀ ਦਿਹਾੜੀ ਉਹਨਾਂ ਨਲਕੇ ਦਾ ਬੋਰ ਕਰਨਾ ਸ਼ਾਮਾਂ ਨੂੰ ਨਾ ਕਹਿਣਾ ਪਾਣੀ ਲਿਆਓ ਅਤੇ ਆਪਾਂ ਕਹਿਣਾ ਪਾਣੀ ਇੱਕ ਵਾਰੀ ਕੰਨਾਂ ਰਾਹੀਂ ਇਹ ਗੁਰਬਾਣੀ ਦਾ ਅੰਮ੍ਰਿਤ ਅੰਦਰ ਪਾ ਲਓ ਫਿਰ ਅੰਤਰ ਖੂੰਟਾ ਅੰਮ੍ਰਿਤ ਭਰਿਆ ਅਤੇ ਸ਼ਬਦੇ ਕੱਢ ਪੀਏ ਆਪਣੋ ਹਰੀ ਫਿਰ ਜਿੰਨਾ ਮਰਜ਼ੀ ਪੀ ਜਾਇਓ ਤੁਹਾਡੇ ਕੋਲੋਂ ਇਹ ਅੰਮ੍ਰਿਤ ਮੁੱਕਣਾ ਨਹੀਂ ਬੰਦਿਆ ਤੇਰੇ ਅੰਦਰ ਅੰਮ੍ਰਿਤ ਹੈਗਾ ਵਾ ਪੀਣਾ ਨਾ ਪੀਣਾ ਮਰਜ਼ੀ ਤੇਰੀ ਆਪਣੀ ਹੈ ਬਾਣੀ ਦਾ ਵਾਕ ਹੈ ਏਕ ਬਗੀਚਾ ਪੇੜ ਘਨ ਕਰਿਆ ਅੰਮ੍ਰਿਤ ਨਾਮ ਤਹਾਂ ਮੈਂ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਂ ਤੇ ਪਾਈਏ ਪਦ ਨਿਰਬਾਨੀ ਆਸ ਪਾਸ ਬਿਖੂਆ ਕੇ ਕੁੰਟਾ ਬਿਖ ਕਹਿੰਦੇ ਯਾਰ ਨੂੰ ਆਸੇ ਪਾਸੇ ਯਾਰ ਦੇਖੋ ਅਸੀਂ ਉਹਨਾਂ ਦਾ ਬੇਟਾ ਕਬੱਡੀ ਖੇਡਦਾ ਸੀ ਅਤੇ ਮੈਂ ਉਹ ਕਬੱਡੀ ਸਿਡਨੀ ਤੋਂ ਖੇਡ ਕੇ ਆਇਆ ਅਤੇ ਜਦੋਂ ਉਹ ਘਰ ਆਇਆ ਅਤੇ ਮੈਂ 5 ਦਿਨ ਉੱਥੇ ਰਿਹਾ ਅਤੇ ਉਹ ਆਪਣੇ ਡੈਡੀ ਨੂੰ ਆਣ ਕੇ ਦੱਸਦਾ ਕਹਿੰਦਾ ਡੈਡੀ ਜਦੋਂ ਅਸੀਂ ਉੱਥੋਂ ਕਬੱਡੀ ਖੇਡ ਕੇ ਆ ਰਹੇ ਸੀ ਨਾ ਸਾਡੀ ਗੱਡੀ ਦੇ ਅੱਗੇ ਸਹਿਆ ਨਿਕਲ ਕੇ ਭੱਜਾ ਅਤੇ ਮੈਂ ਉਹਨੂੰ ਪੁੱਛਿਆ ਜੀ ਇਹ ਬੱਚੇ ਨੇ ਸਹਿਆ ਸ਼ਬਦ ਬੋਲਿਆ ਇਹ ਕਿੱਥੋਂ ਦਾ ਜੰਮਪਲ ਹੈ ਕਹਿੰਦੇ ਇੱਥੋਂ ਦਾ ਮੈਂ ਕਿਹਾ ਜੀ ਇੱਡੀ ਵਧੀਆ ਪੰਜਾਬੀ ਕਿੱਦਾਂ ਬੋਲਦਾ ਕਹਿੰਦੇ ਜਿਹੜੀ ਇਹਦੀ ਮੰਮੀ ਹੈ ਸੋਫਟਵੇਅਰ ਦੀ ਇੰਜੀਨੀਅਰ ਹੈ ਇੱਥੇ ਰੋਜ਼ ਸਟੱਡੀ ਕਰਦੀ ਹੈ ਇੱਕ ਜਪਜੀ ਸਾਹਿਬ ਦੀ ਪੌੜੀ ਉੱਥੋਂ ਰੋਜ਼ ਕੱਢ ਕੇ ਲਿਆਉਂਦੀ ਹੈ ਖਾਣਾ ਖਾਣ ਤੋਂ ਕਰ ਦਿਓ ਬੱਚਿਆਂ ਨਾਲ ਥੋੜ੍ਹੀ ਬਹੁਤੀ ਬਾਣੀ ਦੀ ਗੱਲ ਕਰਨੀ ਸ਼ੁਰੂ ਕਰ ਦਿਓ ਉਹਨਾਂ ਲਾਗੇ ਗੁਰੂਆਂ ਦੇ ਵਿਰਸੇ ਦੀ ਗੱਲ ਬਾਤ ਪਾਉਣੀ ਸ਼ੁਰੂ ਕਰ ਦਿਓ ਥੋੜ੍ਹਾ ਜਿਹਾ ਸਾਨੂੰ ਉਸ ਬੰਨੇ ਧਿਆਨ ਦੇਣ ਦੀ ਲੋੜ ਹੈ ਮੇਰਾ ਵਿਸ਼ਵਾਸ ਹੈ ਇੱਥੇ ਤਾਂ ਬੱਚੇ ਲਗਭਗ 80-85% ਤਾਂ ਪਹਿਲੇ ਸਿੱਖ ਹੈ ਝੂਠ ਤੋਂ ਉਹ ਬਚੇ ਆ ਠੱਗੀ ਬੇ ਬੋਲੋ ਜੀ ਠੱਗੀ ਬੇਈਮਾਨੀ ਤੋਂ ਉਹਦੇ ਮਾੜਾ ਮਾੜਾ ਸਾਡਾ ਵਾਇਰਸ ਜਾਂਦਾ ਉਹਨਾਂ ਦੇ ਵਿੱਚ ਜਿਹੜੇ ਅਸੀਂ ਹੈ ਨਾ ਵਧੋ ਵਧੀ ਧੱਕੇ ਨਾ ਕਈ ਵਾਰੀ ਮਰੋੜਨ ਦੀ ਕੋਸ਼ਿਸ਼ ਕਰਦੇ ਹਾਂ ਨਹੀਂ ਤਾਂ ਬੱਚੇ ਬਹੁਤ ਭੋਲੇ ਆ ਉਹ ਇਹਨਾਂ ਗੱਲਾਂ ਤੋਂ ਬਚੇ ਆ ਤੋ ਆਓ ਥੋੜ੍ਹਾ ਜਿਹਾ ਹੰਬੜਾ ਤੁਸੀਂ ਮਾਰ ਲਓ ਜੋ ਸਾਨੂੰ ਨਿਆਰੀ ਵਿਚਾਰਧਾਰਾ ਗੁਰਬਾਣੀ ਨੇ ਬਖਸ਼ਿਸ਼ ਕੀਤੀ ਹੈ ਅਸੀਂ ਸੋਹਣਾ ਜੀਵਨ ਜੂ ਸਕੀਏ ਵਾਰੇ ਜਾਈਏ ਆਪਣੇ ਪਾਤਸ਼ਾਹ ਤੋਂ ਜਿਹਨੇ ਸਾਨੂੰ ਪੁੱਤ ਵਾਰ ਕੇ ਕੁਰਬਾਨੀਆਂ ਕਰਕੇ ਮੈਂ ਇੱਕ ਉਦਾਹਰਨ ਅਕਸਰ ਦਿੰਦਾ ਤੁਸੀਂ ਘਰ ਬਣਾਉਂਦੇ ਹੋ ਨਾ ਆਪਣੇ ਲਈ ਰਹਿਣ ਲਈ ਅਤੇ ਆਪਣੇ ਪਰਿਵਾਰ ਦੇ ਇੱਕ ਵੀ ਜੀ ਦਾ ਅੰਤਲਾ ਸਮਾਂ ਉਸ ਘਰ ਵਿੱਚ ਨਾ ਆਵੇ ਅਤੇ ਲੋਕ ਕਹਿਣਗੇ ਇਹ ਕਿੱਦਾਂ ਦਾ ਪਰਿਵਾਰ ਸੀ ਕਿੱਦਾਂ ਦਾ ਇਹਨਾਂ ਨੂੰ ਸਰਾਫ ਹੋਇਆ ਸੀ ਵੀ ਇੱਕ ਵੀ ਜੀ ਦਾ ਅੰਤ ਨਹੀਂ ਹੋਇਆ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥੀਂ ਵਸਾਇਆ ਪਿਤਾ ਦਾ ਅੰਤ ਦਿੱਲੀ ਦੀ ਧਰਤੀ 'ਤੇ ਹੋਇਆ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਛੋਟੇ ਫਤਿਹਗੜ੍ਹ ਸਾਹਿਬ ਹੋਵੋ ਚਾਕਰ ਸਾਚੇ ਕੇਰੇ ਆਪਣੇ ਮਨ ਨੂੰ ਸੱਚਾ ਸੁੱਚਾ ਗਿਆਨ ਦੇਈਏ ਜਿਹਦੇ ਨਾਲ ਸਾਡਾ ਜੀਵਨ ਉੱਚਾ ਬਣ ਸਕੇ ਖੂਬਸੂਰਤ ਬਣ ਸਕੇ ਅਤੇ ਸਮਾਜ ਲਈ ਬੱਚਿਆਂ ਲਈ ਦੁਨੀਆ ਲਈ ਪ੍ਰੇਰਨਾ ਸਰੋਤ ਬਣ ਸਕੇ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਸਮੁੱਚੀ ਪ੍ਰਬੰਧਕ ਕਮੇਟੀ ਸਮੁੱਚੀ ਸੰਗਤ ਦਾ ਇੱਥੋਂ ਦੇ ਸਤਿਕਾਰਯੋਗ ਭਾਈ ਸਾਹਿਬ ਦਾ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੋ ਬੜੇ ਪਿਆਰ ਨਾਲ ਸਤਿਗੁਰ ਦੀ ਗੋਦ ਵਿੱਚ ਜੁੜ ਕੇ ਆਪ ਜੀ ਨੇ ਦੀਵਾਨ ਵਿੱਚ ਵਿਚਾਰ 6 ਪੌੜੀਆਂ ਦਾ ਪਾਠ ਕਰਨਾ ਹੈ
ਫਿਰ ਆਪਾਂ ਬੜੇ ਪਿਆਰ ਨਾਲ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ। ਸਾਰੀ ਸੰਗਤ ਬੜੇ ਪਿਆਰ ਨਾਲ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰੀਏ। ਉਸ ਤੋਂ ਪਹਿਲਾਂ ਬੜੇ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਪ੍ਰੋਫੈਸਰ ਸਰਬਜੀਤ ਸਿੰਘ ਜੀ ਤੋਂ। ਪ੍ਰੋਫੈਸਰ ਸਾਹਿਬ, ਅਸੀਂ ਇੱਕ ਕੁਐਸਚਨ ਆਨਸਰ ਸੈਸ਼ਨ ਵੀ ਹੈਗਾ ਸਾਡਾ, ਉਹ ਬਾਅਦ ਚ ਨਾਨ ਸਾਹਿਬ ਪੜ੍ਹ ਕੇ ਬਾਅਦ ਚ ਕਰਾਂਗੇ। ਨਾਨ ਸਾਹਿਬ ਤੋਂ ਬਾਅਦ ਕਰਾਂਗੇ, ਠੀਕ ਹੈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਸਭਨਾ ਗੱਲਾਂ ਸਮਰਤ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਕਹਿ ਨਾਨਕ ਤੈ ਸੁਖ ਹੋਆ, ਤੇਤ ਕਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀਓ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਦੁਖ ਰੋਗ ਸੰਤਾਪ ਉਤਰੇ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪ੍ਰੀਤ ਸਤਿਗੁਰ ਰਹਿਆ ਪਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।